ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਨਲਾਈਟਨ ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਪੈਸ਼ਲ ਕਰੰਟ ਅਫੇਅਰ ਸੀਰੀਜ਼ ਅਸੀਂ ਸਟਾਰਟ ਕੀਤੀ ਹੈ ਤੇ ਇਹ ਸਪੈਸ਼ਲੀ ਡਿਜ਼ਾਈਨ ਹੈ ਜਿਵੇਂ ਕਿ ਸਾਰੇ ਐਗਜ਼ਾਮ ਹੁੰਦੇ ਨੇ ਆਈਐਸ ਆਈਪੀਐਸ ਦਾ ਜਾਂ ਨੈਪਟਸੀ ਲਰਦਾ ਹੋਏਗਾ ਪੀਪੀਐਸਸੀ ਦੁਆਰਾ ਕੰਡਕਟ ਕੀਤੇ ਜਾਂਦੇ ਨੇ ਕੋਆਪਰੇਟਿਵ ਇਨਸਪੈਕਟਰ ਸੀਨੀਅਰ ਅਸਿਸਟੈਂਟ ਦਾ ਇੱਕ ਡੈਪਥ ਪੜਾਈ ਜਾਏਗੀ ਜਿਹਦੇ ਅਕੋਰਡਿੰਗਲੀ ਚਾਹੇ ਤੁਸੀਂ ਸਬ ਇਨਸਪੈਕਟਰ ਦਾ ਐਗਜ਼ਾਮ ਦੇਣ ਜਾਓ ਚਾਹੇ ਤੁਸੀਂ ਬੈਂਕਿੰਗ ਦਾ ਐਗਜ਼ਾਮ ਦੇਣ ਜਾਓ ਕੋਈ ਵੀ ਐਗਜ਼ਾਮ ਦੇਣ ਜਾਓਗੇ ਉਹ ਜਿਹੜੇ ਛੋਟੇ ਲੈਵਲ ਦੇ ਐਗਜ਼ਾਮਸ ਹੁੰਦੇ ਆ ਉਹਨਾਂ ਵਿੱਚ ਤਾਂ ਫਨ ਲਾਈਨਰਸ ਹੁੰਦੇ ਨੇ ਉਹ ਇਹਦੇ ਵਿੱਚ ਕਵਰ ਹੋ ਜਾਣਗੇ ਬਟ ਜਿਹੜੇ ਨੈਪ ਤਸੀਲਦਾਰ ਜਾਂ ਕੋਆਪਰੇਟਿਵ ਇਨਸਪੈਕਟਰ ਦੇ ਐਗਜ਼ਾਮ ਹੁੰਦੇ ਨੇ ਉਹਨਾਂ ਲਈ ਡੈਪਥ ਪੜ੍ਹਨੀ ਬਹੁਤ ਜ਼ਰੂਰੀ ਹੈ ਤੇ ਉਹ ਇਹਦੇ ਵਿੱਚ ਸਮਝਾਈ ਜਾਏਗੀ ਪ੍ਰੋਪਰਲੀ ਕਿਹੋ ਜਿਹੇ ਕੁਐਸਚਨ ਕਿਹੋ ਜਿਹੇ ਕੁਐਸਚਨ ਆਉਂਦੇ ਨੇ ਉਹ ਪ੍ਰੋਪਰਲੀ ਤੁਹਾਨੂੰ ਪੀਡੀਐਫ ਦੇ ਵਿੱਚ ਦਿੱਤੇ ਜਾਣਗੇ ਠੀਕ ਹੈ ਜੀ ਸੋ ਇਹ ਜਿਹੜੀ ਸੀਰੀਜ਼ ਆ ਇੰਗਲਿਸ਼ ਐਂਡ ਪੰਜਾਬੀ ਬੋਥ ਲੈਂਗੁਏਜਸ ਦੇ ਵਿੱਚ ਹੈ ਅੱਜ ਅਸੀਂ ਸਟਾਰਟ ਕਰਾਂਗੇ ਜਨਵਰੀ ਦੇ 1 ਤੋਂ 4 ਜਨਵਰੀ ਤੱਕ ਦੇ ਕਰੰਟ ਅਫੇਅਰ ਸਾਇੰਸ ਐਂਡ ਟੈਕਨੋਲੋਜੀ ਦੇ ਕਰੰਟ ਅਫੇਅਰ ਨੇ ਉਹ ਅਲੱਗ ਮਿਲਣਗੇ ਇਹ ਅਲੱਗ ਸੀਰੀਜ਼ ਹੋਏਗੀ ਠੀਕ ਹੈ ਜੀ ਤਾਂ ਫਰਸਟ ਨਿਊਜ਼ ਨਾਲ ਸੀ ਸਟਾਰਟ ਕਰਦੇ ਆ ਇੰਡੀਆਜ਼ ਹਾਈਐਸਟ ਮੋਟਰੇਬਲ ਰੋਡ ਇਨ ਦਾ ਵਰਲਡ ਕਿੱਥੇ ਖੁੱਲਿਆ ਹੈ ਇੰਡੀਆ ਦੇ ਵਿੱਚ ਵਰਲਡ ਦਾ ਹਾਈਐਸਟ ਮੋਟਰੇਬਲ ਰੋਡ ਹੈ ਜਿਹੜਾ ਇੰਡੀਆ ਦੇ ਵਿੱਚ ਹੈ ਠੀਕ ਹੈ ਕਿੱਥੇ ਓਪਨ ਹੈ ਜੀ ਉਮਲਿੰਗ ਲਾ ਪਾਸ ਠੀਕ ਹੈ ਇਹਦਾ ਐਲਟੀਟਿਊਡ ਕਿੰਨਾ ਹੈ ਐਲਟੀਟਿਊਡ ਮਤਲਬ ਕਿਤਨੀ ਉਚਾਈ ਤੇ ਹੈ ਠੀਕ ਹੈ ਆ ਸਾਡੀ ਔਰਥ ਹੈ ਇਹ ਹੁੰਦਾ ਹੈ ਲੈਟੀਟਿਊਡ ਇਹ ਹੁੰਦਾ ਲੌਂਗੀਟਿਊਡ ਐਲਟੀਟਿਊਡ ਕਿਆ ਹੁੰਦਾ ਕਿ ਥਿਸ ਇਜ਼ ਅ ਹਿੱਲ ਇਹ ਪਹਾੜੀ ਹੈ ਜੀ ਪਹਾੜੀ ਦੀ ਉਚਾਈ ਕਿੰਨੀ ਹੈ ਠੀਕ ਹੈ ਕਿੰਨੀ ਉਚਾਈ ਤੱਕ ਹੈ ਤਾਂ ਐਲਟੀਟਿਊਡ ਕਿਆ ਹੁੰਦਾ ਹੈ ਉਚਾਈ ਹੁੰਦੀ ਆ ਇਸ ਤੋਂ ਪਹਿਲਾਂ ਲਾਰ ਹਾਈਐਸਟ ਮੋਟਰੇਬਲ ਰੋਡ ਕਿਹੜਾ ਸੀਗਾ ਖਾਰਦੁੰਗ ਲਾ ਪਾਸ ਸੀਗਾ ਇਹ ਵੀ ਲਦਾਖ ਵਿੱਚ ਹੀ ਪੈਂਦਾ ਹੈ ਠੀਕ ਹੈ ਹੁਣ ਤੁਸੀਂ ਦੇਖੋ ਅਗਰ ਵਨ ਲਾਈਨਰ ਅਗਰ ਅਸੀਂ ਕੋਈ ਵੀ ਐਗਜ਼ਾਮ ਦੇਖੀਏ SSC ਹੋਵੇ ਜਾਂ ਅਸੀਂ PPSSC ਚ ਵੀ ਇਹ ਕੁਐਸਚਨ ਆ ਸਕਦਾ ਆਈਐਸਟ ਵੀਏ ਕੁਐਸਚਨ ਆ ਸਕਦਾ ਹੈ ਠੀਕ ਹੈ ਆਈਐਸਟ ਉਹ ਪੁੱਛ ਸਕਦੇ ਨੇ ਕਿ ਪਹਿਲਾ ਕਿਹੜਾ ਸੀਗਾ ਖਰਦਲ ਲਾਪਾਸ ਸੀਗਾ ਤੇ ਹੁਣ ਕਿਹੜਾ ਹੈ ਉਮਲਿੰਗ ਲਾਪਾਸ ਹੈ ਠੀਕ ਹੈ ਜਾਂ ਹੁਣ ਜਿਹੜੇ ਬਾਕੀ ਨਾਰਮਲ ਐਗਜ਼ਾਮਸ ਨੇ ਉਹਨਾਂ ਵਿੱਚ ਕਿਵੇਂ ਪੁੱਛਣਗੇ ਕਿ ਹਾਈਐਸਟ ਮੋਟਰੇਬਲ ਰੋਡ ਇਨ ਦ ਵਰਲਡ ਕਿਹੜਾ ਹੈ ਤਾਂ ਆਨਸਰ ਇਜ਼ ਉਮਲਿੰਗਲਾ ਪਾਸ ਠੀਕ ਹੈ ਜੀ ਤਾਂ ਇਹ ਜਿਹੜੀ ਕਿੰਨੇ ਫੀਟ ਤੇ 17000 ਫੀਟ ਤੇ ਅਪਰੋਕਸੀਮੇਟਲੀ ਸੀਗਾ ਐਂਡ ਥਿਸ ਇਜ਼ 19300 ਫੀਟ ਤੇ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਯਾਦ ਕਰਨਾ ਹੈ ਠੀਕ ਹੈ ਸੋ ਨਿਊਜ਼ ਤਾਂ ਉਹੀ ਹੁੰਦੀ ਆ ਬਸ ਕੁਐਸਚਨ ਪੁੱਛਣ ਤੇ ਡਿਪੈਂਡ ਕਰਦਾ ਆ ਉਹ ਛੋਟੀ ਜੀ ਚੀਜ਼ ਕੱਢ ਕੇ ਇਹੀ ਚੀਜ਼ਾਂ ਵਿੱਚੋਂ ਛੋਟੀ ਜੀ ਚੀਜ਼ ਕੱਟ ਕੇ ਇੱਕ ਨਾਰਮਲ ਪੇਪਰ ਵਿੱਚ ਪੁੱਛਿਆ ਜਾਂਦਾ ਪਰ ਜਦੋਂ ਪੀਸੀਐਸ ਜਾਂ ਪੀਪੀਐਸਸੀ ਪੇਪਰ ਲੈਂਦੀ ਹੈ ਜਾਂ ਆਈਐਸ ਦਾ ਹੁੰਦਾ ਉਹ ਇਹਦੇ ਵਿੱਚੋਂ ਤਿੰਨ ਚਾਰ ਚੀਜ਼ਾਂ ਇਕੱਠੀਆਂ ਕਰਕੇ ਪੁੱਛੇਗਾ ਠੀਕ ਹੈ ਜੀ ਸੋ ਗੁੱਡ ਗਵਰਨੈਂਸ ਇੰਡੈਕਸ 2021 ਕਿਹਨਾਂ ਦੁਆਰਾ ਲਾਂਚ ਕੀਤਾ ਜਾਂਦਾ ਹੈ ਜੀ ਹੋਮ ਯੂਨੀਅਨ ਹੋਮ ਮਿਨਿਸਟਰ ਸੌਰੀ ਯੂਨੀਅਨ ਮਿਨਿਸਟਰ ਆਫ ਹੋਮ ਅਫੇਅਰਸ ਐਂਡ ਮਿਨਿਸਟਰ ਆਫ ਕੋਆਪਰੇਸ਼ਨ ਦੁਆਰਾ ਰਿਲੀਜ਼ ਕੀਤਾ ਗਿਆ ਹੈ ਗੁੱਡ ਗਵਰਨੈਂਸ ਇੰਡੈਕਸ ਠੀਕ ਹੈ ਜੀ ਇਹ ਕਿਨਾਂ ਦੁਆਰਾ ਤਿਆਰ ਇਹ ਰਿਲੀਜ਼ ਕੀਤਾ ਇਹਨਾਂ ਨੇ ਰਿਲੀਜ਼ ਮਤਲਬ ਇਹਨਾਂ ਦੁਆਰਾ ਰੀਲੀਜ਼ ਕੀਤਾ ਗਿਆ ਪਰ ਪ੍ਰਪੇਅਰਡ ਮਲਕ ਤਿਆਰ ਕਹਨੇ ਕੀਤਾ ਹੈ ਡਿਪਾਰਟਮੈਂਟ ਆਫ ਐਡਮਿਨਿਸਟ੍ਰੇਟਿਵ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸ ਦੁਆਰਾ ਠੀਕ ਹੈ ਜੀ ਕਿਹੜੇ ਦਿਨ ਗੁੱਡ ਗਵਰਨੈਂਸ ਡੇ ਵਾਲੇ ਦਿਨ ਕੀ ਲਈਆਂ ਕਿਹੜੀ ਰਿਪੋਰਟ ਆਈ ਹੈ ਗੁੱਡ ਗਵਰਨੈਂਸ ਇੰਡੈਕਸ 2021 ਆਈ ਹੈ ਠੀਕ ਹੈ ਤੇ ਇਹ ਨਿਊ ਡੈਲੀ ਦੇ ਵਿੱਚ ਪ੍ਰੈਜੈਂਟ ਕੀਤੀ ਹੈ ਹੁਣ ਇਸ ਦੇ ਵਿੱਚ ਤੁਸੀਂ ਯਾਦ ਕਰਨਾ ਕਿ ਕਿਹੜੀਆਂ ਤਿੰਨ ਸਟੇਟਸ ਨੇ ਜਿਹੜੀਆਂ ਟਾਪ ਦੀ ਕੈਟਾਗਰੀ ਚ ਆਈਆਂ ਨੇ ਗੁਜਰਾਤ ਮਹਾਰਾਸ਼ਟਰਾ ਐਂਡ ਗੋਆ ਤੇ ਯੂਟੀ ਕਿਹੜੀ ਟਾਪ ਕੈਟਾਗਰੀ ਚ ਆਈਆ ਦਿੱਲੀ ਆਈ ਹੈ ਠੀਕ ਹੈ ਨੈਕਸਟ ਇਹ ਗੁੱਡ ਗਵਰਨੈਂਸ ਡੇ ਕਿਹੜੇ ਸਾਲ ਤੋਂ ਇਸਟੈਬਲਿਸ਼ ਕੀਤਾ ਗਿਆ ਹੈ 2014 ਤੋਂ ਠੀਕ ਹੈ to honor prime minister वाजपेयी by fostering awareness among the indian people of accountability in government उधोए किया गया सीगा कि सरकार ਲੋਕਾਂ ਨੂੰ ਕਿਹਾ ਹੈ ਜਵਾਬ ਦੇਈ ਹੈ ਕਿ ਕਿਸ ਤਰ੍ਹਾਂ ਇੱਕ ਦੇਸ਼ ਦੀ ਗਵਰਨੈਂਸ ਕੀਤੀ ਜਾਂਦੀ ਹੈ ਠੀਕ ਹੈ 2021 ਵਿੱਚ ਗੁੱਡ ਗਵਰਨੈਂਸ ਦੇ ਕਿਦਨ ਮਨਾਇਆ ਗਿਆ ਸੀ ਜੀ 25 ਦਸੰਬਰ ਨੂੰ ਮਨਾਇਆ ਗਿਆ ਸੀ ਨੈਕਸਟ ਕੀ ਹੈ ਕਿ ਗੁੱਡ ਗਵਰਨੈਂਸ ਇੰਡੈਕਸ ਕਿਹੜੇ ਇੰਡੀਕੇਟਰਸ ਜਾਂ ਕਿਹੜੇ 10 ਸੈਕਟਰਾਂ ਦੇ ਉੱਤੇ 10 ਸੈਕਟਰਸ ਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਣਾਇਆ ਜਾਂਦਾ ਹੈ। ਤੋਂ ਇਹਨਾਂ 'ਚ ਇਹ ਤੁਹਾਨੂੰ ਜਿਹੜੇ PCS, IAS ਜਾਂ NABTCLR, ਪੰਜਾਬ ਕੋਆਪਰੇਟਿਵ ਇੰਸਪੈਕਟਰ PPSC ਦੇ ਇਗਜ਼ਾਮ ਔਰ ਜਿਹੜੇ IAS ਮਤਲਬ ਜਾਂ UPSC CDS ਦਾ ਇਗਜ਼ਾਮ ਦੇਣ ਲੱਗਿਆ ਉਹਨਾਂ ਨੂੰ ਤਾਂ ਇਹ ਪੜ੍ਹਨਾ ਹੀ ਪਊਗੇ ਕਿਉਂਕਿ ਤੁਹਾਨੂੰ ਕੁਐਸਚਨ ਪੁੱਛ ਸਕਦੇ ਆ ਵੀ ਇਹਨਾਂ ਵਿੱਚੋਂ ਦੱਸੋ ਕਿਹੜੇ ਸੈਕਟਰਸ ਦੇ ਆਧਾਰ ਉੱਤੇ ਗੁੱਡ ਗਵਰਨੈਂਸ ਇੰਡੈਕਸ ਦੀ ਰਿਪੋਰਟ ਬਣਾਈ ਜਾਂਦੀ ਹੈ ਠੀਕ ਹੈ ਜੀ ਸਮਝ ਲੱਗੀ ਕੋਈ ਵੀ ਚਾਰ ਸਹੀ ਵੀ ਹੋਗੇ ਵਿੱਚ ਇੱਕ ਗਲਤ ਪਾ ਦੋਗੇ ਫਿਰ ਬਾਅਦ ਚੋਂ ਪੁੱਛ ਲੂਗੇ ਇਹਨਾਂ ਵਿੱਚੋਂ ਕਿਹੜਾ ਕਿਹੜਾ ਹੋ ਸਕਦਾ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਠੀਕ ਹੈ ਤੇ ਸਟੇਟਸ ਨੂੰ ਕੁਝ ਗਰੁੱਪ A ਗਰੁੱਪ B ਗਰੁੱਪ ਸਟੇਟਸ ਜਿਹੜੀਆਂ ਗਰੁੱਪ A ਦੀ ਕੈਟਾਗਰੀ C ਕੁਝ ਗਰੁੱਪ B ਦੀ ਦਨ ਨਦਰਨ ਐਂਡ ਹਿਲ ਸਟੇਟਸ ਨੂੰ ਅਲੱਗ ਕੈਟਾਗਰੀ ਚ ਰੱਖਿਆ ਸੀ ਐਂਡ ਯੂਟੀਜ਼ ਨੂੰ ਅਲੱਗ ਸੋ ਇਹ ਸਾਰੀ ਉਹ ਰਿਪੋਰਟ ਹੈ ਇਹਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗਰੁੱਪ ਏ ਦੀ ਕੈਟਾਗਰੀਜ਼ ਨੇ ਗਰੁੱਪ ਬੀ ਦੀਆਂ ਕੈਟਾਗਰੀਜ਼ ਨੇ ਠੀਕ ਹੈ ਜੀ ਨੈਕਸਟ ਏ ਕੀ ਹੈ ਨਾਰਥ ਈਸਟ ਦੀਆਂ ਅਤੇ ਹਿਲ ਸਟੇਸ਼ਨ ਦੀ ਇਹ ਵਾਲੀਆਂ ਸਟੇਟਸ ਨੇ ਐਂਡ ਯੂਟੀਜ਼ ਨੂੰ ਅਲੱਗ ਰੱਖਿਆ ਗਿਆ ਹੈ ਠੀਕ ਹੈ ਜੀ ਤੇ ਪੰਜਾਬ ਹੁਣ ਤੁਸੀਂ ਕੀ ਨੋਟ ਕਰਨਾ ਹੈ ਪੰਜਾਬ ਕਿਹੜੇ ਗਰੁੱਪ ਵਿੱਚ ਸੀਗਾ ਪੰਜਾਬ ਏ ਗਰੁੱਪ ਵਿੱਚ ਸੀਗਾ ਠੀਕ ਹੈ ਜੀ वैसे भी ह्यूमन रिसोर्स एंड डेवलपमेंट ਦੇ ਵਿੱਚ ਪੰਜਾਬ ਦੀ ਟਾਪ ਲਿਸਟ ਹੈ ਠੀਕ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਹੈ ਬਸ ਆਹੀ ਇੰਨਾ ਯਾਦ ਰੱਖੋ ਪੰਜਾਬ ਕਿਹੜੇ ਗਰੁੱਪ ਚ ਸੀਗਾ ਪੰਜਾਬ ਇਹ ਗਰੁੱਪ ਵਿੱਚ ਸੀਗਾ ਠੀਕ ਹੈ ਨੈਕਸਟ ਹੈ ਯੂਨੀਅਨ ਗਵਰਨਮੈਂਟ ਹੈਜ਼ ਇੰਡੀਕੇਟਿਡ ਦੈਟ देयर इज अ ਨੋ ਮੂਵ ਟੂ ਇਨਕਲੂਡ ਤੁਲੂ ਇਨ ਦਾ 8th ਸ਼ੈਡਿਊਲ ਆਫ ਦਾ ਕਨਸਟੀਟਿਊਸ਼ਨ ਐਟ ਪ੍ਰੈਜ਼ੈਂਟ ਸਵਿਧਾਨ ਦੇਸ਼ ਦੇ ਸਵਿਧਾਨ ਦੇ 8ਵੇਂ 8th ਸ਼ੈਡਿਊਲ ਵਿੱਚ ਕੀ ਦਿੱਤੀਆਂ ਹੋਈਆਂ ਨੇ ਤੁਹਾਡੀਆਂ ਰੈਕੋਗਨਾਈਜ਼ਡ ਲੈਂਗੁਏਜਸ ਜਿਹੜੀਆਂ ਤੁਸੀਂ ਬੋਲਦੇ ਨੂੰ 22 ਦੇਖੋ ਰੈਕੋਗਨਾਈਜ਼ਡ ਲੈਂਗੁਏਜਸ ਕਿੰਨੀਆਂ ਨੇ 22 ਕਿੱਥੇ ਦਿੱਤੀਆਂ ਨੇ ਸ਼ੈਡਿਊਲ 8 ਵਿੱਚ ਆਫੀਸ਼ੀਅਲ ਲੈਂਗੁਏਜ ਉਹ ਡਿਫਰੈਂਟ ਹੁੰਦੀਆਂ ਨੇ ਉਹ ਕਿੱਥੇ ਦਿੱਤੀਆਂ ਨੇ ਪਾਰਟ 17 ਇਹਨਾਂ ਦੋਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਇੱਥੇ ਅਸੀਂ ਕਿਹਦੀ ਗੱਲ ਕਰ ਰਹੇ ਹਾਂ 8 ਸ਼ੈਡਿਊਲ ਦੀ ਜਿਹਦੇ ਵਿੱਚ ਰੈਕੋਗਨਾਈਜ਼ਡ ਲੈਂਗੁਏਜਸ ਜਿਹੜੀਆਂ ਤੁਸੀਂ ਬੋਲਦੇ ਹੋ ਉਹਨਾਂ ਦੀ ਗੱਲ ਕੀਤੀ ਆ ਤੇ ਇਥੇ ਨਾਲ ਹੀ ਇਹ ਵੀ ਦੱਸਿਆ ਹੋਇਆ ਵੀ ਆਰਟੀਕਲ 344 1 ਐਂਡ 351 ਇਹ ਵੀ 8th ਸ਼ੈਡਿਊਲ ਦੀਆਂ ਲੈਂਗੁਏਜਸ ਦੁਆਰਾ ਨੂੰ ਪ੍ਰੋਮੋਸ਼ਨ ਦੇ ਲਈ ਲਿਖੇ ਸੌਰੀ ਇਹ ਇਹ ਇਨ੍ਹਾਂ ਆਰਟੀਕਲਸ ਦੇ ਵਿੱਚ ਵੀ ਭਾਸ਼ਾ ਦੀਆਂ ਗੱਲ ਕੀਤੀ ਗਈ ਹੈ ਹੁਣ ਕਿਹੜੀ ਭਾਸ਼ਾ ਦੀ ਗੱਲ ਕੀਤੀ ਹੈ ਉਹ ਮੈਂ ਤੁਹਾਨੂੰ ਸਮਝਾ ਦੰਨੀ ਆ 44 ਵਨ ਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਹਿੰਦੀ ਦੀ ਪ੍ਰਮੋਸ਼ਨ ਦੇ ਲਈ ਇੱਕ ਪ੍ਰੋਪਰਿਕ ਕਮਿਸ਼ਨ ਬਣੇ ਇੱਕ ਚੇਅਰਮੈਨ ਬਣੇ ਐਂਡ 351 ਦੀ ਦੇ ਆਰਟੀਕਲ ਚ ਲਿਖਿਆ ਹੋਇਆ ਆ ਵੀ ਹਿੰਦੀ ਨੂੰ ਇੱਕ మీడియం ਆਫ ਇੰਟਰੈਕਸ਼ਨ ਬਣਾਇਆ ਜਾਵੇ ਇਹਦੀ ਪ੍ਰਮੋਸ਼ਨ ਕੀਤੀ ਜਾਵੇ ਠੀਕ ਹੈ ਨਾਟ ਸੋ ਇੰਪੋਰਟੈਂਟ ਬਟ ਫਿਰ ਵੀ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਜਾਂ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹ ਆਰਟੀਕਲ ਲੈਂਗੁਏਜ ਦੇ ਨਾਲ ਰਿਲੇਟਿਡ ਨੇ ਠੀਕ ਹੈ ਜਦੋਂ ਇਨੀਸ਼ੀਅਲੀ ਇਨੀਸ਼ੀਅਲੀ ਮਤਲਬ ਜਦੋਂ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਠੀਕ ਹੈ ਤੁਹਾਡੇ ਦੇਸ਼ ਦੀਆਂ ਕਿੰਨੀਆਂ ਭਾਸ਼ਾ ਸੀ 14 14 ਭਾਸ਼ਾ ਸੀ ਤੇ ਸਿੰਧੀ ਲੈਂਗੁਏਜ ਐਡ ਕੀਤੀ ਗਈ ਸੀ 1967 ਵਿੱਚ ਦੈਨ ਟੋਟਲ ਹੋ ਗਈਆਂ 15 ਦੈਨ 1992 ਦੇ ਵਿੱਚ ਤਿੰਨ ਭਾਸ਼ਾ ਕੋੰਕਣੀ ਮਨੀ ਪੁਰੀ ਐਂਡ ਨੇਪਾਲੀ ਐਡ ਕੀਤੀ ਗਈ ਦੈਨ 18 ਹੋ ਗਈਆਂ ਦੈਨ ਬਾਅਦ ਚੋ ਬੂਡੋ ਡੋਗਰੀ ਸੰਥਲੀ ਮੈਥਲੀ ਐਡ ਕੀਤੀ ਗਈ ਹੈ 2004 ਚ ਤੇ ਨਾਓ ਕਿੰਨੀਆਂ ਨੇ 22 ਨੇ ਠੀਕ ਹੈ ਜੀ ਇਹ ਅਮੈਂਡਮੈਂਟਸ ਵੀ ਪੜੋ ਪਤਾ ਹੋਣਾ ਚਾਹੀਦਾ ਇਨੀਸ਼ੀਅਲੀ ਕਿਹੜੀਆਂ ਸੀ ਬਾਅਦ ਚੋ ਕਿਹੜੀਆਂ 加ਡ ਕੀਤੀਆਂ ਗਈਆਂ ਨੇ ਠੀਕ ਹੈ 8th ਸ਼ੈਡਿਊਲ 8th ਸ਼ੈਡਿਊਲ ਵਿੱਚ 22 ਰੈਕੋਗਨਾਈਜ਼ ਲੈਂਗੁਏਜਸ ਕਿਹੜੀਆਂ ਨੇ ਨਹੀਂ ਤੁਹਾਨੂੰ ਇੱਕ ਵਾਰ ਰੀਡਿੰਗ ਜ਼ਰੂਰ ਲਿਓ ਕਈ ਵਾਰ ਉਹ 3 ਤਿੰਨ ਲੈਂਗੁਏਜਸ ਇੱਥੋਂ ਪਾਊਗਾ ਕੋਈ ਇਹੋ ਜਿਹੀ ਲੈਂਗੁਏਜ ਪਾਦੂਗਾ ਜਿਹੜੀ ਰੈਕੋਗਨਾਈਜ਼ ਨਹੀਂ ਹੈ ਫਿਰ ਪੁੱਛੂਗੇ ਦੱਸੋ ਇਹਨਾਂ ਚੋਂ ਕਿਹੜੀ ਲੈਂਗੁਏਜ ਰੈਕੋਗਨਾਈਜ਼ ਨਹੀਂ ਹੈ ਠੀਕ ਹੈ ਜੀ ਤਾਂ ਇਹ ਚੀਜ਼ਾਂ ਨੇ ਬੇਸਿਕ ਚੀਜ਼ਾਂ ਨੇ ਸੋਚੋ ਨਾ ਵੀ ਮੈਂ ਬੜਾ ਔਖਾ ਪੜਾ ਰਹੇ ਨੇ ਔਖਾ ਨਹੀਂ ਪੜਾ ਰਹੀ ਇਹ ਬੇਸਿਕ ਚੀਜ਼ਾਂ ਨੇ ਤੁਹਾਨੂੰ ਕਰਨੀਆਂ ਹੀ ਪੈਣੀਆਂ ਨੇ ਦੈਨ ਹੈ ਦੀਨ ਦਿয়াল ਅੰਤੋਧਿਆ ਯ ਠੀਕ ਹੈ ਹੁਣ ਇਹ ਤੁਸੀਂ ਸੋਚੂਗੇ ਸਕੀਮ ਪੜਾਤੀ ਸਕੀਮ ਇਸ ਕਰਕੇ ਪੜਾਈ ਹੈ ਜਿਹੜੀ ਕਰੰਟ ਵਿੱਚ ਚੱਲ ਰਹੀ ਹੈ ਤਾਂ ਜਿਹੜੀ ਚੀਜ਼ ਕਰੰਟ ਵਿੱਚ ਚੱਲ ਰਹੀ ਹੈ ਉੱਤੇ ਕੁਐਸਚਨ ਆਏਗਾ ਹੀ ਆਏਗਾ ਰੀਸੈਂਟਲੀ ਦੀਨदयाल अंत्योदय ਯੋਜਨਾ ਨੈਸ਼ਨਲ ਰੂਰਲ ਲਾਈਵਲੀਹੂਡ ਮਿਸ਼ਨ ਉਹ ਇਹਦੇ ਵਿੱਚ ਕੀ ਕੀ ਚੇਂਜਸ ਲੈ ਕੇ ਆਏ ਹਨ ਕਿ ਜਿਹੜੀ ਇਹਦੇ ਵਿੱਚ ਓਵਰਡਰਾਫਟ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਆ ਓਡੀ ਓਵਰਡਰਾਫਟ ਫੈਸਿਲਿਟੀ ਕਿਹਾ ਹੁੰਦੀ ਹੈ ਕਿ ਫਾਰ ਇਗਜ਼ਾਮਪਲ ਤੁਹਾਨੂੰ 5 ਲੱਖ ਦੀ ਓਡੀ ਖੋਲਤੀ ਮਤਲਬ 5 ਲੱਖ ਰੁਪਏ ਤੁਹਾਡੇ ਅਕਾਊਂਟ ਵਿੱਚ ਨੇ ਜ਼ਰੂਰੀ ਨਹੀਂ ਤੁਸੀਂ ਇੱਕੋ ਵਾਰ ਤੁਸੀਂ ਇਟ ਇਜ਼ ਲਾਈਕ ਅ ਲੋਨ ਜ਼ਰੂਰੀ ਨਹੀਂ ਆ ਵੀ ਤੁਸੀਂ 5 ਲੱਖ ਲੈ ਲਿਆ ਤੇ 5 ਲੱਖ ਤੇ ਲੋਨ ਭੁਗਾਨੋ ਮੈਂ 1 ਜਨਵਰੀ ਨੂੰ 5 ਲੱਖ ਦੀ OD ਓਪਨ ਕਰਾਈ ਹੈ ਪਰ ਮੈਂ 4 ਜਨਵਰੀ ਤੱਕ ਉਹਦੇ ਵਿੱਚੋਂ ਸਿਰਫ ਅੱਲੇ ਕਿੰਨੇ ਪੈਸੇ ਖਰਚੇ ਨੇ 50000 ਤੇ ਮੈਂ ਪੂਰਾ ਜਨਵਰੀ ਮੰਥ ਵਿੱਚ ਹੋਰ ਕੋਈ ਪੈਸਾ ਯੂਜ਼ ਨਹੀਂ ਕੀਤਾ ਤੇ ਮਤਲਬ ਪੂਰੇ ਜਨਵਰੀ ਵਿੱਚ ਮੈਂ ਕਿੰਨੇ ਪੈਸੇ ਯੂਜ਼ ਕੀਤੇ ਆ 50000 OD ਦੇ ਵਿੱਚ ਇਹ ਫੈਸਿਲਿਟੀ ਹੁੰਦੀ ਹੈ ਕਿ ਤੁਹਾਨੂੰ ਜਿਹੜਾ ਇੰਟਰਸਟ ਰੇਟ ਪਵੇਗਾ ਉਹ ਸਿਰਫ 50 ਦਾ ਪਵੇਗਾ 인ਸਟੈਡ ਆਫ 5 ਲੱਖ 5 ਲੱਖ ਤੇ ਇੰਟਰਸਟ ਨਹੀਂ ਪਵੇਗਾ ਜਦ ਕਿ OD ਕਿੰਨੇ ਦੀ ਆ 5 ਲੱਖ ਦੀ ਆ ਸਿਰਫ ਉਨੇ ਤੇ ਇੰਟਰਸਟ ਪੈਂਦਾ ਜਿੰਨਾ ਤੁਸੀਂ ਉਹਦੇ ਵਿੱਚੋਂ ਕੀ ਕੀਤਾ ਹੁੰਦਾ ਵਿਡਰੋਅਲ ਕਰਾਇਆ ਹੁੰਦਾ ਤੇ ਇਹਦੇ ਵਿੱਚ ਇਹ ਨਿਊਜ਼ ਇਹਨਾਂ ਨੇ ਲਾਂਚ ਕੀਤੀ ਹੈ ਕਿ OD ਫੈਸਿਲਿਟੀ ਔਮਨ ਨੂੰ ਦਿੱਤੀ ਹੈ ਐਕਚੁਅਲੀ ਇਹ ਪ੍ਰੋਗਰਾਮ ਹੈ ਕਿ ਦੀਨदयाल अंत्योदय ਯੋਜਨਾ ਦੇ ਅੰਡਰ ਠੀਕ ਹੈ ਰੂਲਰ ਮਿਨਿਸਟਰੀ ਦੁਆਰਾ ਰੂਲਰ ਮਿਨਿਸਟਰੀ ਆਫ ਰੂਲਰ ਡਿਵੈਲਪਮੈਂਟ ਦੁਆਰਾ ਹੀ ਇਹ ਲਿਆਈ ਗਈ ਹੈ ਇਹਦੇ ਅੰਡਰ ਕੀ ਹੈ ਕਿ ਜਿਹੜੀਆਂ ਰੂਲਰ ਔਮਨ ਹੁੰਦੀਆਂ ਨੇ ਮਤਲਬ ਜਿਹੜੇ ਵਿਲੇਜ ਸੈਕਟਰ ਵਿਲੇਜ ਦੇ ਵਿੱਚ ਔਮਣ ਰਹਿੰਦੀਆਂ ਨੇ ਉਹਨਾਂ ਕੋ ਇਹਨਾਂ ਲੋਕਾਂ ਦੇ ਕੋਲ ਸਾਧਨ ਨਹੀਂ ਹੁੰਦੇ ਰੋਜ਼ਗਾਰ ਦੇ ਆਪਣੀ ਅਰਨਿੰਗ ਦੇ ਬਟ ਪੂਰ ਨੇ ਉਹਨਾਂ ਦੇ ਲਈ ਹੁੰਦਾ ਆ ਕਿ ਉੱਥੇ ਸੈਲਫ ਹੈਲਪ ਗਰੁੱਪ ਸੈਲਫ ਹੈਲਪ ਗਰੁੱਪਸ ਕੀ ਹੁੰਦੀ ਆ ਜਦੋਂ 10 ਤੋਂ 25 ਮੈਂਬਰ ਵਿੱਚ ਵਿੱਚ ਲੇਡੀਜ਼ ਇਕੱਠੇ ਹੋ ਕੇ ਉਹਨਾਂ ਨੂੰ ਕੋਈ ਕੰਮ ਆਉਂਦਾ ਆ ਉਹ ਕਰਨਾ ਸਟਾਰਟ ਕਰਦੀਆਂ ਨੇ ਕੋਈ ਚੀਜ਼ਾਂ ਬਣਾਉਣੀਆਂ ਸ਼ੁਰੂ ਕਰਦੀਆਂ ਨੇ ਦੈਨ ਫਿਰ ਬਾਅਦ ਚ ਉਹਨਾਂ ਨੂੰ ਵੇਚਦੀਆਂ ਨੇ ਤੋਂ ਇੱਕ ਸੈਲਫ ਹੈਲਪ ਹੈਲਪ ਗਰੁੱਪਸ ਦੇ ਅਕੋਰਡਿੰਗਲੀ ਸੋਚ ਲਓ ਇਹੀ ਹੁੰਦੇ ਨੇ ਠੀਕ ਹੈ ਜੀ ਇਹ ਇਹਨਾਂ ਨੂੰ ਹੀ ਕਹਿੰਦੇ ਨੇ ਸੈਲਫ ਹੈਲਪ ਗਰੁੱਪਸ ਤੇ ਉਹਨਾਂ ਦੀ ਪ੍ਰੋਮੋਸ਼ਨ ਲਈ ਤੇ ਜਿਹੜੀਆਂ ਲੇਡੀਜ਼ ਸੈਲਫ ਹੈਲਪ ਗਰੁੱਪਸ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਲਈ ਕੀ ਸਟਾਰਟ ਕੀਤਾ ਕਿ OD ਫੈਸਿਲਿਟੀ ਸਟਾਰਟ ਕੀਤੀ ਆ ਅਗਰ ਉਹਨਾਂ ਨੂੰ ਐਦਾਂ ਕੰਮ ਕਰਨੇ ਲਈ ਪੈਸੇ ਦੀ ਲੋੜ ਹੈ ਤਾਂ ਇਸ ਸਕੀਮ ਦੇ ਅੰਡਰ OD ਲੈ ਸਕਦੀਆਂ ਨੇ ਠੀਕ ਹੈ ਹੋਰ ਇਹਦੇ ਵਿੱਚ ਇੰਪੋਰਟੈਂਟ ਪੁਆਇੰਟਸ ਕੀ ਨੇ ਕਿ ਇਹ ਜਿਹੜੀ ਸਕੀਮ ਹੈ ਸੈਂਟਰਲ ਗਵਰਨਮੈਂਟ ਦੁਆਰਾ ਸਪான்ਸਰਡ ਹੈ ਇਹ ਪ੍ਰੋਗਰਾਮ ਸੈਂਟਰਲ ਗਵਰਨਮੈਂਟ ਦਾ ਹੈ ਤੇ ਇਹਨੂੰ ਪਾਰਸ਼ਲੀ ਸਪੋਰਟ ਕੌਣ ਕਰਦਾ ਹੈ वर्ल्ड बैंक इंटरनेशनल ऑर्गेनाइजेशन ਕਹਿੰਦੀ ਸਪੋਰਟ ਕਰਦੀ ਹੈ वर्ल्ड बैंक ਪਹਿਲਾਂ ਇਹਦਾ ਨਾਮ ਕੀ ਸੀਗਾ 2011 ਵਿੱਚ ਲਾਂਚ ਕੀਤੀ ਸੀ ਜਦੋਂ ਉਹਦਾ ਨਾਮ ਸੀ ਆਜੀਵਿਕਾ ਨੈਸ਼ਨਲ ਰੂਰਲ ਲਾਈਵਲੀਹੂਡ ਮਿਸ਼ਨ ਤੇ ਬਾਅਦ ਚੋ ਇਹਦਾ 2015 ਵਿੱਚ ਕੀ ਹੈ ਨਾਮ ਚੇਂਜ ਕਰ ਦਿੱਤਾ ਜਾਇਆ ਕੀਤਾ ਗਿਆ ਸੀ ਤੇ ਸੈਲਫ ਹੈਲਪ ਗਰੁੱਪ ਕਿਹਨਾਂ ਨੂੰ ਕਿਹਾ ਜਾਂਦਾ ਜਦੋਂ 10 ਤੋਂ 25 ਮੈਂਬਰ ਇਕੱਠੇ ਕਮਿਊਨਿਟੀ ਬੇਸ ਮਤਲਬ ਇੱਕ ਜਗ੍ਹਾ ਤੇ ਕਮਿਊਨਿਟੀ ਦੇ ਲੋਕ ਰਹਿੰਦੇ ਆ ਉਹਨਾਂ ਨੇ ਇਕੱਠੇ ਹੋ ਕੇ ਕੋਈ ਕੰਮ ਸਟਾਰਟ ਕੀਤਾ ਤੇ ਉਹਦੇ ਵਿੱਚ 10 ਤੋਂ 25 ਮੈਂਬਰ ਨੇ ਮੈਂਬਰਸ ਆਰ ਯੂਜੂਲੀ ewomen ਫਰਮ ਸਿਮਿਲਰ ਸੋਸ਼ਲ ਐਂਡ ਇਕਨੋਮਿਕ ਬੈਕਗਰਾਉਂਡ ਆਲ ਵੋਲੰਟਰੀ ਕਮਿੰਗ ਟੁਗੇਦਰ ਟੂ ਸੇਵ ਸਮਾਲ ਸਮ ਆਫ ਮਨੀ ਔਨ ਅ ਰੈਗੂਲਰ ਬੇਸਿਸ ਮਤਲਬ ਕੁਝ ਕੰਮ ਕਰਨਗੇ ਜੋ ਉਹਨਾਂ ਦੀ ਸਕਿੱਲ ਹੈ ਜੋ ਉਹਨਾਂ ਨੂੰ ਆਉਂਦਾ ਆ ਤੇ ਰੈਗੂਲਰ ਬੇਸਿਸ ਤੇ ਠੀਕ ਹੈ ਕੁਝ ਆਪਣੀ ਥੋੜੀ ਬਹੁਤੀ ਸੇਵਿੰਗਸ ਆਪਣੇ ਖ ਨੈਕਸਟ ਚਲੀਏ ਨੈਕਸਟ ਆ ਗਈ ਦਿਨदयाल उपाध्याय ਗ੍ਰਾਮੀਣ ਕਸ਼ਲਯ ਯੋਜਨਾ ਠੀਕ ਹੈ ਇਹ ਕਿਹੜੀ ਮਿਨਿਸਟਰੀ ਦੁਆਰਾ ਅਨਾਉਂਸ ਕੀਤੀ ਗਈ ਹੈ ਜਾਂ ਲਾਗੂ ਕੀਤੀ ਜਾਂਦੀ ਹੈ ਜੀ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦੁਆਰਾ ਕਦੋਂ ਅਨਾਉਂਸ ਕੀਤੀ ਗਈ ਸੀ ਇਹ 2014 ਚ ਕੀਤੀ ਗਈ ਸੀ ਅੰਤੋਧਿਆ ਦਿਵਸ ਤੇ ਠੀਕ ਹੈ ਹੁਣ ਇਹ ਕਿਸ ਦੇ ਲਈ ਆ ਉਹ ਤਾਂ ਵੂਮਨ ਲਈ ਸੀਗੀ ਇਹ ਵਾਲੀ ਕਿਹੜੀ ਆ ਇਹ ਯੂਥ ਦੇ ਲਈ ਹੈ ਠੀਕ ਹੈ ਸਕਿੱਲ ਟ੍ਰੇਨਿੰਗ ਐਂਡ ਪਲੇਸਮੈਂਟ ਇਨ ਵੇਜ এমਪਲੋਇਮੈਂਟ ਐਸ ਅ ਟੂਲ ਟੂ ਡਾਇਵਰਸੀਫਾਈ ਇਨਕਮ ਐਂਡ ਇਨੇਬਲ ਸਸਟੇਨੇਬਲ ਅਪਵਰਡ ਮੂਵਮੈਂਟ ਆਊਟ ਆਫ ਪੋਵਰਟੀ ਗਰੀਬੀ ਚੋ ਲੋਕਾਂ ਨੂੰ ਕੱਢਣ ਲਈ ਠੀਕ ਹੈ ਤੋਂ ਇਸ ਯੋਜਨਾ ਦੇ ਅਧੀਨ ਫੋਕਸ ਕਿੱਥੇ ਹੈ ਰੂਰਲ ਯੂਥ ਠੀਕ ਹੈ ਜੋ ਪਿੰਡਾਂ ਵਿੱਚ ਵਿਲੇजेस ਵਿੱਚ ਯੂਥ ਨੇ ਜਿਨ੍ਹਾਂ ਦੀ ਏਜ ਕਿੰਨੀ ਹੈ 1500 ਤੋਂ 2500 ਸੌਰੀ 35 ਸਾਲ ਦੇ ਵਿੱਚ ਹੈ ਗਰੀ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਇਹ ਉਹਨਾਂ ਲਈ ਹੈ ਅਗਰ ਉਹਨਾਂ ਉਹਨਾਂ ਦੇ ਲਈ ਹੈ ਠੀਕ ਹੈ ਤਾਂ ਕਿ ਉਹ ਉਹਨਾਂ ਦੀ ਇਨਕਮ ਵੱਧ ਸਕੇ ਠੀਕ ਹੈ ਉਹਨਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਜਾਵੇ ਜੇ ਅਗਰ ਉਹ ਕਿਸੇ ਚੀਜ਼ ਚ ਮਾਹਿਰ ਨੇ ਉਹਨਾਂ ਨੂੰ ਕਿਸੇ ਪਾਰਟਿਕੂਲਰ ਚੀਜ਼ ਚ ਮਾਹਿਰ ਬਣਾਇਆ ਜਾ ਸਕੇ ਤਾਂ ਕਿ ਉਹ ਆਪਣੀ ਲਾਈਵਲੀਹੂਡ ਆਪਣੇ ਲਈ ਕੁਝ ਅਰਨ ਕਰ ਸਕਣ ਠੀਕ ਹੈ ਜੀ ਸੋ ਐਡਿੰਗ ਡਾਈਵਰਸਿਟੀ ਟੂ ਦਾ ਇਨਕਮ ਆਫ ਰੂਲਰ ਪੂਰ ਫੈਮਿਲੀਜ਼ ਐਂਡ ਕੈਟਰ ਟੂ ਦਾ ਕੈਰੀਅਰ ਐਪਰੀਸੀਏਸ਼ਨਸ ਆਫ ਐਸਪੀਰੇਸ਼ਨਸ ਆਫ ਰੂਲਰ ਯੂਥ ਠੀਕ ਹੈ ਜੀ ਨੈਕਸਟ ਕੀ ਹੈ ਨੈਕਸਟ ਨਿਊਜ਼ ਜੋ ਗੱਲ ਕਰਦਾ ਯੂਰੋਪੀਅਨ ਸਪੇਸ ਏਜੰਸੀ ਦੁਆਰਾ ਇੱਕ ਮੈਟੋ ਸਿਨਹੋਜ਼ ਮੈਨੀਫੈਸਟੋ ਅਪਰੂਵ ਕੀਤਾ ਗਿਆ ਹੈ ਕਿ ਜਿਹੜੀ ਯੂਰਪ ਦੀਆਂ ਕੰਟਰੀਜ਼ ਨੇ ਉਹ ਸਪੇਸ ਨੂੰ ਕਿਵੇਂ ਯੂਜ਼ ਕਰੂਗੀਆਂ ਬਸ ਤੁਸੀਂ ਇੰਨਾ ਕੀ ਯਾਦ ਕਰਨਾ ਹੈ ਇਹ ਇੱਕ ਮਿਨਿਸਟਰੀ ਦੇ ਦੁਆਰਾ ਮੀਟਿੰਗ ਹੋਈ ਸੀ ਮਿਨਿਸਟਰਲ ਮੀਟਿੰਗ ਠੀਕ ਹੈ ਕਿੱਥੇ ਹੋਈ ਸੀ ਇਹ ਮੈਟੋ ਸਿਨਹੋਜ਼ ਪੋਰਟੂਗਲ ਵਿੱਚ ਪੈਂਦਾ ਹੈ ਐਂਡ ਇਹਦਾ ਨਾਮ ਕੀ ਹੈ ਠੀਕ ਹੈ ਕਿਹੜੀ ਏਜੰਸੀ ਦੁਆਰਾ ਕਰਾਈ ਗਈ ਸੀ ਬਸ ਇੰਨਾ ਹੀ ਯਾਦ ਕਰਨਾ ਯੂਜ਼ ਕੀਤਾ ਹੈ ਦਾ ਕਾਦੇ ਲਈ ਦ ਯੂਜ਼ ਆਫ ਸਪੇਸ ਇਨ ਯੂਰਬ ਬਸ ਇੰਨਾ ਹੀ ਯਾਦ ਕਰਨਾ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਯਾਦ ਕਰਨਾ ਨੈਕਸਟ ਹੈ ডিপਾਰਟਮੈਂਟ ਆਫ ਸਕੂਲ ਐਜੂਕੇਸ਼ਨਲ ਲਿਟਰੇਸੀ ਮਿਨਿਸਟਰੀ ਆਫ ਐਜੂਕੇਸ਼ਨ ਦੇ ਅੰਡਰ ਆਉਂਦਾ ਹੈ ਜੀ ਇਹ ਹੈਜ਼ ਇਨੀਸ਼ੀਏਟਡ ਭਾਸ਼ਾ ਸੰਗਮ ਠੀਕ ਹੈ ਭਾਸ਼ਾ ਸੰਗਮ ਸਟਾਰਟ ਕੀਤਾ ਗਿਆ ਹੈ ਜੀ ਕਿਹਦੇ ਦੁਆਰਾ ডিপਾਰਟਮੈਂਟ ਆਫ ਸਕੂਲ ਐਜੂਕੇਸ਼ਨਲ ਲਿਟਰੇਸੀ ਤੇ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦਾ ਇਹ ਮਿਨਿਸਟਰੀ ਆਫ ਐਜੂਕੇਸ਼ਨ ਇਹ ਧਿਆਨ ਰੱਖਣੀ ਹੈ ਇਹਨਾਂ ਨੂੰ ਚੀਜ਼ਾਂ ਨੂੰ ਕਿਉਂਕਿ ਕੁਐਸਚਨ ਇਹੀ ਆ ਜਾਂਦਾ ਹੈ ਕਿਹੜੀ ਮਿਨਿਸਟਰੀ ਦੁਆਰਾ ਭਾਸ਼ਾ ਸੰਗਮ ਸਟਾਰਟ ਕੀਤਾ ਗਿਆ ਹੈ ਮਿਨਿਸਟਰੀ ਆਫ ਐਜੂਕੇਸ਼ਨ ਜਾਂ ਭਾਸ਼ਾ ਸੰਗਮ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਲਿਟਰੇਸੀ ਦੁਆਰਾ ਸਟਾਰਟ ਕੀਤਾ ਗਿਆ ਹੈ ਦਸੋ ডিপਾਰਟਮੈਂਟ ਆਫ ਸਕੂਲ এডਿਕੇਸ਼ਨ ਲਿਟਰੇਸੀ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦਾ ਮਿਨਿਸਟਰੀ ਆਫ এডਿਕੇਸ਼ਨ ਦੇ ਅੰਡਰ ਆਉਂਦਾ ਠੀਕ ਹੈ ਜੀ ਇਹਦੇ ਵਿੱਚ ਬੇਸਿਕਲੀ ਇਹ ਹੈ ਕਿ ਬੱਚਿਆਂ ਨੂੰ ਦੱਸਿਆ ਜਾਏ ਸਾਡੇ ਦੇਸ਼ ਵਿੱਚ ਕਿੰਨੀ ਡਾਇਵਰਸ ਲੈਂਗੁਏਜਸ ਹੈ ਮਤਲਬ ਕਿੰਨੀ ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਬੱਚਿਆਂ ਨੂੰ ਆਪਣੇ ਦੇਸ਼ ਦੀਆਂ 22 ਰੈਕੋਗਨਾਈਜ਼ਡ ਭਾਸ਼ਾ ਬਾਰੇ ਪਤਾ ਹੋਣਾ ਚਾਹੀਦੀਆਂ ਜਿਹੜੀਆਂ 8 ਸ਼ੈਡਿਊਲ ਵਿੱਚ ਦਿੱਤੀਆਂ ਹੋਈਆਂ ਨੇ ਤੇ ਬੱਚਿਆਂ ਨੂੰ ਇਹ ਸਿਖਾਉਣਾ ਕਿ ਦੂਸਰੇ ਦੀ ਲੈਂਗੁਏਜ ਦੀ ਰਿਸਪੈਕਟ ਕਰਨੀ ਨੈਸ਼ਨਲ ਇੰਟੀਗ੍ਰਿਟੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਏ ਰੱਖਣਾ ਉਸ ਦੀ ਰਿਸਪੈਕਟ ਕਰਨੀ ਤੇ ਇਹਦੇ ਵਿੱਚ ਇੱਕ ਹੋਰ ਕੁਐਸਚਨ ਇਹ ਵੀ ਬਣਦਾ ਆ ਕਿ ਇਹ ਜਿਹੜਾ ਭਾਸ਼ਾ ਸੰਗਮ ਪ੍ਰੋਗਰਾਮ ਹੈ ਇਹ ਕਿਹਦੇ ਅਧੀਨ ਹੈ ਏਕ ਭਾਰਤ ਸ੍ਰੇਸ਼ਟ ਭਾਰਤ ਦੇ ਅਧੀਨ ਆਉਂਦਾ ਠੀਕ ਹੈ ਤੇ ਏਕ ਭਾਰਤ ਸ੍ਰੇਸ਼ਟ ਭਾਰਤ ਦਾ ਮੋਟੋ ਕੀ ਹੈ ਉਹ ਦਾ ਹੈ ਜੀ ਸਪਿਰਿਟ ਆਫ ਨੈਸ਼ਨਲ ਇੰਟੀਗ੍ਰਿਟੀ ਇੰਟੀਗ੍ਰੇਸ਼ਨ ਮਤਲਬ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਿਆ ਜਾਏ ਠੀਕ ਹੈ ਨੈਕਸਟ ਹੈ ਨੈਕਸਟ ਹੈ ਜੀ ਨੈਸ਼ਨਲ ਬੁੱਕ ٹرسٹ ਇੰਡੀਆ ਕਿਹੜੀ ਮਿਨਿਸਟਰੀ ਦੇ ਅੰਡਰ ਹੈ ਇਹ ਵੀ ਇੱਕ ਮਿਨਿਸਟਰੀ ਆਫ ਐਜੂਕੇਸ਼ਨ ਦੇ ਅੰਡਰ ਹੀ ਆਉਂਦਾ ਹੈ ਇਹਨਾਂ ਨੇ ਕੀ ਕੀਤਾ ਹੈ ਕਿ 올 ਇੰਡੀਆ ਕਾਂਟੈਸਟ ਆਰਗੇਨਾਈਜ਼ਡ ਔਨ ਦਾ ਥੀਮ ਆਫ ਨੈਸ਼ਨਲ ਮੂਵਮੈਂਟ ਆਫ ਇੰਡੀਆ ਜਿਹਦੇ ਅੰਦਰ ਪੀਐਮ ਯੁਵਾ ਮੈਂਟਰਸ਼ਿਪ ਸਕੀਮ ਆਈ ਸੀ ਠੀਕ ਹੈ ਐਜ਼ ਅ ਪਾਰਟ ਆਫ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਅਭ ਇਹ ਕੀ ਆ ਥਾ ਇਹ ਈਸ਼ਵਰ ਜਿਹੜਾ 75 ਇਅਰਸ ਆਪਾਂ ਸੈਲੀਬ੍ਰੇਟ ਕੀਤੇ ਆ ਉਹਦੇ ਅਧੀਨ ਸੀ ਠੀਕ ਹੈ 75 ਇਅਰਸ ਆਫ ਇੰਡੀਪੈਂਡੈਂਸ ਆਪਾਂ ਸੈਲੀਬ੍ਰੇਟ ਕੀਤਾ ਹੈ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਸੀਗਾ ਠੀਕ ਹੈ ਉੱਥੇ ਹੁੰਨੇ ਨੇ ਇਹਨਾਂ ਨੇ ਕੀ ਕੀਤਾ ਕਿ ਨੈਸ਼ਨਲ ਬੁੱਕ ਟਰਸਟ ਦੁਆਰਾ ਜੋ ਕਿ ਮਿਨਿਸਟਰੀ ਆਫ ਐਜੂਕੇਸ਼ਨ ਦੇ ਅੰਡਰ ਆਉਂਦਾ ਇਹਨਾਂ ਨੇ 35 ਆਥਰਸ ਆਲ ਇੰਡੀਆ ਕੰਟੈਸਟ ਕਰਾਇਆ ਸੀ ਜਿਹਦਾ ਥੀਮ ਸੀਗਾ ਨੈਸ਼ਨਲ ਮੂਵਮੈਂਟ ਆਫ ਇੰਡੀਆ ਉਹਦੇ ਅਧੀਨ ਇਹਨਾਂ ਨੇ 75 ਆਥਰਸ ਸਿਲੈਕਟ ਕੀਤੇ ਨੇ ਸਕਾਲਰਸ਼ਿਪ ਲਈ ਠੀਕ ਹੈ ਸਕਾਲਰਸ਼ਿਪ ਲਈ ਕਮ ਮੈਂਟਰਸ਼ਿਪ ਸਕੀਮ ਦੇ ਅੰਡਰ ਯੰਗ ਆਥਰਸ ਜਿਨ੍ਹਾਂ ਦੀ ਏਜ ਕਿਹਾ ਹੈ 30 ਸਾਲ ਤੋਂ ਥੱਲੇ ਹੈ ਠੀਕ ਹੈ ਬਸ ਇਹ ਜਿਹੜਾ ਪੀਐਮ ਯੁਵਾ ਮੈਂਟਰ ਸਕੀਮ ਹੈ ਕਿਹਨਾ ਲਈ ਹੈ ਯੰਗ ਆਥਰਸ ਲਈ ਹੈ ਬਸ ਜਿੰਨੀ ਜਿੰਨੀ ਚੀਜ਼ ਕਹਿ ਰਹੀ ਹਾਂ ਉਨੀ ਉਨੀ ਹੀ ਪੜ੍ਹਨੀ ਹੈ ਠੀਕ ਹੈ ਤੇ ਹੋਰ ਤੁਸੀਂ ਇਹਦੇ ਵਿੱਚ ਇਹੀ ਯਾਦ ਰੱਖਿਓ ਕਿ 75 ਟੋਟਲ ਸੀਗੇ ਇਹਦੇ ਵਿੱਚ ਦੋ ਕੀ ਸੀ 15 ਸਾਲ ਤੋਂ ਵੀ ਛੋਟੇ ਸੀਗੇ ਠੀਕ ਹੈ ਇਹ ਮੇਨ ਪੁਆਇੰਟ ਹੈ पंद्रह साल तो भी छोटे से दो एंड थर्टी एट मेल्स ने एंड थर्टी सैवन की ने फीमेल्स ने नैक्सट लैक्स ऑफ माइग्रेटरी वर्ड्स फ्लाई डाउन फ्रॉम द अदर पार्ट ऑफ द ग्लोब टू उड़ीसा चिलिका लेक ठीक है चिलका लेक चिलका लेक क्या है उड़ीसा के लेक है जिड़ी क्या है इट इज द लार्जेस्ट सोल्ट वॉटर लेक इन इंडिया फ्रैश वॉटर लेकिन वलू ठीक है और यह सोल्ट है ठीक है ਤੋ ਇਹ ਜਿਹੜੀ ਬਹੁਤ ਸਾਰੇ ਮਾਈਗਰੇਟਿਵ ਬਰਡਸ ਕਾ ਹੁੰਦੇ ਆ ਕਿ ਹੋਰ ਦੇਸ਼ਾਂ ਤੋਂ ਵੀ ਜਿਹੜੇ ਬਰਡਸ ਆਉਂਦੇ ਆ ਆ ਕੇ ਇਸ ਝੀਲ ਦੇ ਵਿੰਟਰਸ ਦੇ ਵਿੱਚ ਇਸ ਝੀਲ ਦੇ ਆਲੇ ਦੁਆਲੇ ਆ ਕੇ ਰਹਿੰਦੇ ਨੇ ਠੀਕ ਹੈ ਜੀ ਤੇ ਇਹ ਹੁਣ ਇਹਦੇ ਬਾਰੇ ਤੁਸੀਂ ਕੀ ਪੜਨਾ ਆ ਇਹਦੇ ਬਾਰੇ ਆਪ ਸਾਨੂੰ ਹੁਣ ਚੇਲਿਕਾ ਝੀਲ ਦੀ ਸਟੈਟਿਕ ਜੀਕੇ ਪੜਨੀ ਪੈਣੀ ਆ ਸਭ ਤੋਂ ਪਹਿਲਾਂ ਪੜਨਾ ਪਏਗਾ ਕਿ ਇਹ ਲਾਰਜੈਸਟ ਸੋਲਟ ウォーター ਲੇਕ ਇਨ ਇੰਡੀਆ ਹੈ ਇਨ ਐਂਡ ਇਨ ਏਸ਼ੀਆ ਆਲਸੋ ਠੀਕ ਹੈ ਜੀ ਹੋਰ ਕੀ ਪੜਨਾ ਆ ਕਿਹੜੀ ਰਿਵਰ ਦੇ ਮਾਉਥ ਤੇ ਆ ਦਿਆ ਰਿਵਰ ਠੀਕ ਹੈ ਤੇ ਕਿ ਇਹ ਰਿਵਰ ਕਿੱਥੇ ਫਲੋ ਕਰ ਜਾਂਦੀ ਆ ਬੇ ਆਫ ਬੰਗਾਲ ਚ ਜਾ ਕੇ ਗਿਰ ਜਾਂਦੀ ਆ ਤੇ ਇਹ ਲਾਰਜੈਸਟ ਬਾਰਕਿਸ਼ ਵਾਟਰ ਲੰਗੂਰ ਹੈ ਠੀਕ ਹੈ ਈਸਟ ਕੋਸਟ ਆਫ ਇੰਡੀਆ ਤੇ ਪੈਂਦਾ ਹੈ ਉੜੀਸਾ ਇਜ਼ ਔਨ ਦਾ ਈਸਟ ਕੋਸਟ ਤੁਹਾਨੂੰ ਪਤਾ ਹੋਵੇ ਉੜੀਸਾ ਇੱਥੇ ਪੈਂਦਾ ਹੈ ਠੀਕ ਹੈ ਤੇ ਇਹਦੇ ਵਿੱਚੋਂ ਹੀ ਇਹ ਇਹਦੇ ਇੱਥੇ ਹੀ ਲੋਕੇਟਡ ਹੈ ਇਹ ਤੋਂ ਚਿਲିକਾ ਲੇਕ ਕਿੱਥੇ ਲੋਕੇਟਡ ਹੈ ਉੜੀਸਾ ਕਿਹੜੀ ਸਟੇਟਸ ਪੈਂਦੀ ਆ ਉੜੀਸਾ ਚ ਪੈਂਦੀ ਆ 1981 ਦੇ ਵਿੱਚ ਚਿਲਿਕਾ ਲੇਕ ਨੂੰ ਫਰਸਟ ਇੰਡੀਆ ਵੈਟਲੈਂਡ ਆਫ ਇੰਟਰਨੈਸ਼ਨਲ ਇੰਪੋਰਟੈਂਸ ਅੰਡਰ RAMSAR ਕਨਵੈਨਸ਼ਨ RAMSAR ਕਨਵੈਨਸ਼ਨ ਦੇ ਅੰਡਰ ਪਹਿਲੀ ਕਿਹੜੀ ਲੇਕ ਸੀ ਇੰਡੀਆ ਦੀ ਜਿਹੜੀ ਆਈ ਸੀਗੀ ਚਿਲਿਕਾ ਔਰ ਕਿਹੜੇ ਸਾਲ ਵਿੱਚ ਇਹਨੂੰ RAMSAR ਕਨਵੈਨਸ਼ਨ ਦੀ ਅਪਰੂਵਲ ਮਿਲਿਆ ਸੀਗਾ 1981 ਠੀਕ ਹੈ ਇਕੋ ਲਾਈਨ ਚ 2 2 3 3 ਕੁਐਸਚਨ ਹੁੰਦੇ ਨੇ ਤੇ ਅਗਰ ਤੁਸੀਂ ਹੁਣ ਜੇ ਹੁਣ ਤੁਸੀਂ ਜਦ ਪੜ ਰਹੇ ਹੋ ਤੁਸੀਂ ਆਪ ਦੇਖੋ ਜਿਸ ਬੱਚੇ ਨੇ ਅਗਰ ਕਦੀ ਬਹੁਤ ਸਾਰੇ ਪੇਪਰ ਦਿੱਤੇ ਉਹਨੂੰ ਪਤਾ ਹੋਊਗਾ ਇਹੀ 1 1 ਲਾਈਨਰ ਤੁਹਾਨੂੰ ਛੋਟੇ ਪੇਪਰਸ ਦੇ ਵਿੱਚ ਪੁੱਛੇ ਜਾਂਦੇ ਆ ਔਰ ਇਹੀ ਲਾਈਨਸ ਨੂੰ 2 2 3 3 ਲਾਈਨਸ ਦੇ ਪੁਆਇੰਟ ਬਣਾ ਕੇ ਇਹ ਵੱਡੇ ਐਗਜ਼ਾਮ ਚ ਪੀਪੀਐਸਸੀ ਜਾਂ ਆਈਐਸਟ ਪੁੱਛੇ ਜਾਂਦੇ ਨੇ ਠੀਕ ਹੈ ਹੋਰ ਚੱਲੀਗਾ ਲੇਕ ਉੱਤੇ ਕੀ ਹੈ ਰੇਅਰ ਤੇ ਇਨਡੇਂਜਰਡ ਇਰਾਵੱਡੀ ਡੋਲਫਿਨਸ ਜਿਹੜੀਆਂ ਪਾਈ ਜਾਂਦੀਆਂ ਤੇ ਨਾਲਾ ਬਨਾ ਬर्ड ਸੈਂਚਰੀ ਵੀ ਕੀ ਹੈ ਚਿਲਿਕਾ ਲੇਕ ਦੇ ਵਿੱਚ ਚਿਲਿਕਾ ਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਇਹ ਬੇਸਿਕ ਚੀਜ਼ਾਂ ਨੇ ਤੁਸੀਂ ਪੜ੍ਹਣੀਆਂ ਨੇ ਠੀਕ ਹੈ ਇਹ ਸਿਰਫ ਹੁਣੇ ਵਿంటర్ ਦੇ ਜਿਹੜੇ ਮਾਈਗਰੇਟਰੀ ਬਰਡਸ ਹੁੰਦੇ ਆ ਸਭ ਤੋਂ ਜ਼ਿਆਦਾ ਅਗਰ ਕੁਐਸਚਨ ਆਵੇ ਨਾ ਵਿੰਟਰੀ ਮਾਈਗਰੇਟਰੀ ਬਰਡਸ ਸਭ ਤੋਂ ਜ਼ਿਆਦਾ ਏਸ਼ੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਹੜੀ ਲੇਕ ਤੇ ਪਾਈ ਜਾਂਦੇ ਆ ਚਿਲਿਕਾ ਲੇਕ ਯਾਦ ਰੱਖਣਾ ਹੈ ਜੀ ਠੀਕ ਹੈ ਸੋ ਨੈਕਸਟ ਨਿਊਜ਼ ਹੈ ਜੀ ਰੀਸੈਂਟਲੀ ਆਰਕ ਬਿਸ਼ਪ ਡੈਸਮਨ ਟੂ ਟੂ ਦ ਨੋਬਲ ਪੀਸ ਪ੍ਰਾਈਜ਼ laureate who helped the sorry who helped and apartheid in south africa now inna nu nobel prize prize milya si pehla ta inna da naam yaad rakho kyunki discrimination jado kise nal discrimination kita janda hai skin de color te theek hai onu end karan de layi ida matlab hai ji theek hai inna nu ki milya si ga peace prize milya si te inna ne ਕਿਉਂਕਿ ਤੁਹਾਨੂੰ ਪਤਾ ਹੈ ਕਿ ਰਿਪਬਲਿਕ ਆਫ ਸਾਊਥ ਅਫਰੀਕਾ ਦੇ ਵਿੱਚ ਕੀ ਹੈ ਵੇਰੀਅਸ ਕਿ ਕਿੰਨੇ ਕਲਚਰ ਦੇ ਲੋਕ ਨੇ ਰੈਸ਼ੀਅਲ ਨੇ ਐਥਨਿਕ ਗਰਪਸ ਰਹਿੰਦੇ ਨੇ ਠੀਕ ਹੈ ਤਾਂ ਉੱਥੇ ਇਹਨਾਂ ਨੇ ਕੀ ਟਰਮ ਲੈ ਕੇ ਆਈ ਸੀ ਰੇਨਬੋ ਨੇਸ਼ਨ ਇਹਨਾਂ ਨੇ ਇਸ ਰਿਪਬਲਿਕ ਆਫ ਸਾਊਥ ਅਫਰੀਕਾ ਨੂੰ ਕੀ ਕਿਹਾ ਸੀ ਰੇਨਬੋ ਨੇਸ਼ਨ ਹੁਣ ਤੁਸੀਂ ਸੋਚੋਗੇ ਮੈਮ ਕਿ ਇਹ ਕੀ ਇੰਪੋਰਟੈਂਟ ਹੈ ਇਹ ਇੰਪੋਰਟੈਂਟ ਇਹੀ ਹੈ ਕਿ ਇਹਨੂੰ ਐਂਡ ਅਪਾਰਟਹਾਇਡ ਨੂੰ ਐਂਡ ਕਿਨੇ ਕੀਤਾ ਸੀ ਆਰਕ ਬਿਸ਼ਪ ਡੈਸਮੋਨ ਟੂਟੂ ਨੇ ਠੀਕ ਹੈ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ ਠੀਕ ਹੈ ਸੈਕੰਡ ਰੇਨਬੋ ਨੇਸ਼ਨ ਜਿਹੜੀ ਵਰਡ ਹੈ ਜਾਂ ਇਸ ਟਰਮ ਨੂੰ ਕਿਹਨੇ ਪਹਿਲੀ ਵਾਰ ਇਸ ਫਰੇਜ਼ ਨੂੰ ਪਹਿਲੀ ਵਾਰ ਕਿਹਨੇ ਕੋਇਨ ਕੀਤਾ ਸੀ ਇਹਨਾਂ ਨੇ ਹੀ ਕੀਤਾ ਸੀਗਾ ਯਾਦ ਰੱਖਣਾ ਤੇ ਉਸ ਤੋਂ ਬਾਅਦ ਚੋ ਨੈਲਸਨ ਮੰਡੇਲਾ ਨੇ ਵੀ ਇਹਨਾਂ ਇਸ ਟਰਮ ਨੂੰ ਫਰੇਜ਼ ਨੂੰ ਯੂਜ਼ ਕੀਤਾ ਸੀਗਾ ਸੈਕਿੰਡ ਟਾਈਮ ਉਹਨਾਂ ਨੇ ਲੇਟਰ ਉਹਨਾਂ ਤੋਂ ਇਹਨਾਂ ਤੋਂ ਬਾਅਦ ਚ ਨੈਲਸਨ ਮੰਡੇਨਾ ਨੇ ਯੂਜ਼ ਕੀਤਾ ਸੀ ਜੋ ਕਿ ਕਿਹਾ ਸੀਗਾ ਫਰਸਟ ਪ੍ਰੈਜ਼ੀਡੈਂਟ ਆਫ ਰਿਪਬਲਿਕ ਆਫ ਸਾਊਥ ਅਫਰੀਕਾ ਠੀਕ ਹੈ ਇਹ ਦੋ ਚੀਜ਼ਾਂ ਯਾਦ ਰੱਖਣੀਆਂ ਕਿਉਂਕਿ ਪੀਸੀਐਸ ਦੇ ਪੇਪਰ ਵਿੱਚ ਕਈ ਵਾਰ ਉਹ ਪੁੱਛ ਲੈਂਦੇ ਆ ਕਿ ਇਹ ਟਰਮ ਫਰਸਟ ਪਹਿਲੀ ਵਾਰ ਕਹਿੰਨੇ ਕੋਇਨ ਕੀਤੀ ਸੀ ਤੋਂ ਕਰੰਟ ਅਫੇਅਰ ਚ ਚੱਲ ਰਿਹਾ ਤਾਂ ਦੇ ਕੈਨ ਆਸਕ ਉਹ ਕਿਸੇ ਵੀ ਪੇਪਰ ਚ ਪੁੱਛ ਸਕਦੇ ਆ ਜ਼ਰੂਰੀ ਨਹੀਂ ਆ ਵੀ ਪੀਸੀਐਸਟੀ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ ਨੈਕਸਟ ਕੀ ਹੈ ਰੀਸੈਂਟਲੀ ਇਜ਼ਰਾਈਲ ਗਵਰਨਮੈਂਟ ਅਪਰੂਵਡ ਅ 317 ਬਿਲੀਅਨ ਪਲਾਨ ਟੂ ਡਬਲ ਦਾ ਜੂਇਸ਼ ਸੈਟਰ ਪੋਪੂਲੇਸ਼ਨ ਦਾ ਗੋਲਾਨ ਹਾਈਟਸ ਗੋਲਾਨ ਹਾਈਟਸ ਕੀ ਹੈ ਦੇਖੋ ਇਹ ਅਗਰ ਤੁਸੀਂ ਮੈਪ ਵਲ ਦੇਖੂਗੇ ਠੀਕ ਹੈ ਜੀ ਤੇ ਇਹ ਸੀਰੀਆ ਐਂਡ ਥਿਸ ਇਜ਼ ਦਾ ਗੋਲਾਨ ਹਾਈਟ ਸੀਰੀਆ ਐਂਡ ਇਜ਼ਰਾਈਲ ਦੇ ਬਿਲਕੁਲ ਮਿਡਲ ਚ ਆਉਂਦਾ ਇਹ ਮੈਪ ਜਰੂਰ ਪੜ੍ਹਨਾ ਹੈ ਪੁੱਛ ਸਕਦੇ ਆ ਗੋਲਾਨ ਹਾਈਟਸ ਨੂੰ ਕਿਹੜੀ-ਕਿਹੜੀ ਕੰਟਰੀ ਦਾ ਬਾਰਡਰ ਲੱਗਦਾ ਦੇਖੋ ਸੀਰੀਆ ਜਾਰਡਨ ਇਜ਼ਰਾਈਲੈਂਡ ਲੈਬਨਨ ਠੀਕ ਹੈ ਇਹ ਕਿਹੜਾ ਸੀ ਇਹ ਦੇ ਕੋਲ ਪੈਂਦਾ ਮੈਡੀਟੇਰੀਅਨ ਤੋਂ ਇਹੋ ਜਿਹੇ ਵੀ ਕੁਐਸਚਨ ਆਉਂਦੇ ਨੇ ਪੇਪਰਾਂ ਦੇ ਵਿੱਚ ਠੀਕ ਹੈ ਜੀ ਤੇ ਦੇਖੋ ਐਕਚੁਅਲੀ ਇਹ ਗੋਲਾਨ ਹਾਈਟ ਸੀਰੀਆ ਦਾ ਪਾਰਟ ਸੀਗਾ ਜਿਹਨੂੰ ਕੀ ਇਜ਼ਰਾਈਲ ਨੇ 1967 67 ਦੇ ਵਿੱਚ 6 ਡੇ ਵਾਰ ਦੇ ਵਿੱਚ ਉਸ ਟਾਈਮ ਤੇ ਲੈ ਲਿਆ ਸੀ ਸੀਰੀਆ ਕੋਲੋਂ ਠੀਕ ਹੈ ਸੀਰੀਆ ਨੇ ਬਹੁਤ ਟਰਾਈ ਕੀਤੀ ਇਹਨੂੰ ਵਾਪਸ ਲੈਣ ਦੀ 1973 ਦੇ ਵਿੱਚ ਵੀ ਬਟ 1981 ਦੇ ਵਿੱਚ ਇਜ਼ਰਾਈਲ ਨੇ ਇਹਨੂੰ ਪਰਮਨੈਂਟਲੀ ਐਕਵਾਇਰ ਕਰ ਲਿਆ ਸੀਗਾ ਸੋ ਇੱਕ ਰੌਕੀ ਪਲੇਟਿਊ ਹੈ ਜਿਹਦਾ ਏਰੀਆ ਅਪਰੋਕਸੀਮੇਟਲੀ 1800 ਕਿਲੋਮੀਟਰ ਸਕੁਅਰ ਹੈ ਠੀਕ ਹੈ ਜੋ ਇਜ਼ਰਾਈਲ ਔਰ ਸੀਰੀਆ ਦੇ ਮਿਡਲ ਵਿੱਚ ਆਉਂਦਾ ਹੈ ਬਸ ਠੀਕ ਹੈ ਸੋ ਇੱਥੋਂ ਤੁਹਾਡਾ ਕੁਐਸਚਨ ਕੀ ਬਣਦਾ ਆ ਬੇਸ਼ੱਕ ਉਹ ਤੁਸੀਂ ਸੋਚੋ ਵੀ ਪੈਸਿਆਂ ਬਾਰੇ ਪੁੱਛੂਗੇ ਸ਼ਾਇਦ ਨਾ ਵੀ ਪੁੱਛਣ ਬਟ ਮੈਪ ਦਾ ਕੁਐਸਚਨ ਬਣਦਾ ਆ ਤੋਂ ਇਸ ਤਰ੍ਹਾਂ ਤੁਸੀਂ ਆਪਣੀ ਪੜਾਈ ਕਰਿਆ ਕਰੋ ਠੀਕ ਹੈ ਨੈਕਸਟ ਰੀਸੈਂਟਲੀ ਪ੍ਰਾਈਮ ਮਿਨਿਸਟਰ 스ਪੋਕ ਅਬਾਊਟ ਅ ਡਾਈਇੰਗ ਫਾਰਮ ਆਫ ਆਰਟ ਕਾਵੀ ਵਿਚ ਇਜ਼ ਮੋਸਟਲੀ ਫਾਊਂਡ ਇਨ ਗੋਆ ਐਂਡ ਕੋਸਟਲ ਪਾਰਟ ਆਫ ਮਹਾਰਾਸ਼ਟਰਾ ਇਸ ਤਰ੍ਹਾਂ ਦੀ ਹੁੰਦੀ ਹੈ ਦੇਖੋ ਬੇਸਿਕਲੀ ਇਹ ਪਲੇਨ ਪੇਪਰ ਉੱਤੇ ਰੈਡ ਕਲਰ ਦੇ ਨਾਲ ਬਣਾਈ ਜੰਦੀ ਹੈ ਠੀਕ ਹੈ ਤੇ ਇਹਨੂੰ ਕੀ ਕਹਿੰਦੇ ਆ ਕਾਵੀ ਫਾਰਮ ਕਿਹਾ ਜਾਂਦਾ ਹੈ ਇਹ ਗੋਆ ਐਂਡ ਮਹਾਰਾਸ਼ਟਰਾ ਦੇ ਏਰੀਆ ਦੇ ਵਿੱਚ ਕਾਫੀ ਪ੍ਰਸਿੱਧ ਹੈ ਬਹੁਤ ਉੱਥੇ ਪਾਈ ਜਾਂਦੀ ਹੈ ਤੇ ਤੁਸੀਂ ਪੜ੍ਹ ਸਕਦੇ ਹੋ ਇਹਦੇ ਬਾਰੇ ਇਹ ਰੈਡ ਪਿਗਮੈਂਟ ਫਾਊਂਡ ਓਨ ਦਾ ਲੈਟਰੇਟ ਸੋਇਲ ਥੈਟ ਇਜ਼ ਯੂਜ਼ ਟੂ ਕ੍ਰੀਏਟ ਇਮੇਜ ਓਨ white background ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਹੜੀ ਸੋਇਲ ਯੂਜ਼ ਹੁੰਦੀ ਆ ਕੁਐਸਚਨ ਆ ਜਾਂਦਾ ਆ ਠੀਕ ਹੈ ਐਂਡ ਇਹ ਕਿਹੜੇ ਏਰੀਆਜ਼ ਦੇ ਵਿੱਚ ਕਾਫੀ ਕਿੰਨਾ ਟੈਂਪਲਸ ਦੇ ਵਿੱਚ ਇਹੋ ਜਿਹੇ ਹੀਆਂ ਪੇਂਟਿੰਗਸ ਪਾਈ ਜਾਂਦੀਆਂ ਨੇ ਠੀਕ ਹੈ ਗੁਆਹ ਮਹਾਰਾਸ਼ਟਰਾ ਕਰਨਾਟਕਾ ਦੇ ਠੀਕ ਹੈ ਜੀ ਮੰਦਰਾਂ ਦੇ ਦੀਵਾਰਾਂ ਉੱਤੇ بس ਕਿਉਂਕਿ ਕਰੰਟ ਹੈ ਤਾਂ ਕੁਸ਼ਨ ਪੁੱਛ ਸਕਦੇ ਆ ਅਦਰਵਾਈਜ਼ ਤਾਂ ਅਗਰ ਸਿਲੇਬਸ 'ਚ ਦੇਖੋ ਜੇ ਸਿਲੇਬਸ ਦੇ ਵਿੱਚ ਉਹਨੇ ਕਲਚਰ ਦੀ ਗੱਲ ਨਹੀਂ ਕੀਤੀ ਤਾਂ ਉੱਥੇ ਕੁਸ਼ਨ ਨਹੀਂ ਆਊਗਾ ਪਰ ਅਗਰ ਉਹਨੇ ਸਪੈਸੀਫਿਕਲੀ ਨਹੀਂ ਮੈਂਸ਼ਨ ਕੀਤਾ ਕਿ ਕਲਚਰ ਨਹੀਂ ਆਏਗਾ ਜਾਂ ਜੋ ਵੀ ਹੈ ਤੁਸੀਂ ਦੇਖ ਸਕਦੇ ਹੋ ਸਿਲੇਬਸ ਅਕੋਰਡਿੰਗਲੀ ਜਿਹੜਾ ਵੀ ਤੁਸੀਂ ਪੇਪਰ ਦੇ ਰਹੇ ਹੋ ਠੀਕ ਹੈ ਨੈਕਸਟ ਹੈ ਮਿਸ਼ਨ ਇੰਦਰਾ ਧਨੁਸ਼ ਹੈਜ਼ ਕੰਪਲੀਟਡ 7 ইয়ার্স ਮਿਸ਼ਨ ਇੰਦਰਾ ਧਨੁਸ਼ ਹੈਜ਼ ਕੰਪਲੀਟਡ 7 ইয়ার্স ਠੀਕ ਹੈ 7 ਸਾਲ ਕੰਪਲੀਟ ਕਰ ਲਿਆ ਇੰਦਰ ਧਨੁਸ਼ ਨੇ ਜੋ ਕਿ 2014 ਵਿੱਚ ਲਾਂਚ ਕੀਤਾ ਗਿਆ ਸੀਗਾ 25 ਦਸੰਬਰ ਨੂੰ ਐਸ ਅ ਸਪੈਸ਼ਲ ਡਰਾਈਵ ਟੂ ਐਕਸਪੈਂਡ ਫੁੱਲ ਇਮਿਊਨੇਸ਼ਨ ਕਵਰੇਜ ਇਨ ਇੰਡੀਆ ਜਿਵੇਂ ਕਿ ਆਪਣੇ ਹੈਪੀਟਾਈਟਿਸ ਬੀ ਦੇ ਇੰਜੈਕਸ਼ਨ ਲੱਗਦੇ ਆ ਪੋਲੀਓ ਦੇ ਇਹ ਸਾਰੀਆਂ ਚੀਜ਼ਾਂ ਜੋ ਵੀ ਠੀਕ ਹੈ ਜੀ ਮਿਸ਼ਨ ਇੰਦਰ ਧਨੁਸ਼ ਦੇ ਅੰਡਰ ਉਹ ਵੈਕਸੀਨੇਸ਼ਨਸ ਆਉਂਦੀਆਂ ਜੋ ਆਪਾਂ ਨੂੰ ਛੋਟੇ ਹੁੰਦੇ ਜਿਵੇਂ ਹੈਪੀਟਾਈਟਿਸ ਬੀ ਵਗੈਰਾ ਇੰਪੋਰਟੈਂਟ ਵੈਕਸੀਨੇਸ਼ਨ ਜਾਂ ਪ੍ਰੈਗਨੈਂਟ ਔਮਨ ਦੀਆਂ ਵੈਕਿਨ वैक्सीनेशंस ਹੁੰਦੀਆਂ ਨੇ ਉਹ ਕਵਰ ਹੁੰਦੀਆਂ ਨੇ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਇਹ ਤਾਂ 2014 ਵਿੱਚ ਲਾਂਚ ਹੋਈ ਸੀ 1978 ਦੇ ਵਿੱਚ ਇਮਿਊਨਾਈਜੇਸ਼ਨ ਪ੍ਰੋਗਰਾਮ ਲਾਂਚ ਹੋਇਆ ਸੀ ਜਿਹਦਾ ਨਾਮ ਸੀ ਐਕਸਪੈਂਡਡ ਪ੍ਰੋਗਰਾਮ ਆਫ ਇਮਿਊਨਾਈਜੇਸ਼ਨ ਬੇਸ਼ੱਕ ਇਹਨੂੰ ਨਾਂ ਪਰਿਓ ਪਰ ਇਨਨਕ ਤਾਂ ਪੜ ਲਿਓ ਕਿ ਮਿਸ਼ਨ ਇੰਦਰ ਧਨੁਸ਼ ਕਿਹੜੇ ਸਾਲ ਵਿੱਚ ਲਾਂਚ ਹੋਇਆ 2014 ਵਿੱਚ 1985 ਦੇ ਵਿੱਚ 1978 ਦੇ ਵਿੱਚ ਇਹ ਲਾਂਚ ਹੋਇਆ ਸੀ 19 85 ਦੇ ਵਿੱਚ ਇਹਨਾਂ ਨੇ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਪ੍ਰੋਗਰਾਮ ਲੈ ਕੇ ਆਏ ਸੀ ਟੂ ਸਟਰੈਂਥ ਐਂਡ ਰੀ ਐਨਰਜਾਈਜ਼ ਦਾ ਪ੍ਰੋਗਰਾਮ ਐਂਡ ਅਚੀਵ ਫੁੱਲ ਇਮਿਊਨਾਈਜੇਸ਼ਨ ਕਵਰ ਕਵਰੇਜ ਫਾਰ 올 ਚਿਲड्रन ਐਂਡ ਪ੍ਰੈਗਨੈਂਟ ਊਮਨ ਰੈਪਿਡਲੀ ਠੀਕ ਹੈ ਤਾਂ ਯੂਨੀਵਰਸਲ ਮਤਲਬ ਹਰ ਕੋਈ ਕਵਰ ਹੋਣਾ ਚਾਹੀਦਾ ਆ ਠੀਕ ਹੈ ਜਿਵੇਂ ਜਿਵੇਂ ਟਾਈਮ ਵੱਧਦਾ ਆ ਮਸ਼ੀਨਰੀ ਅਪਡੇਟ ਹੁੰਦੀ ਆ ਤੇ ਉਹਨਾਂ ਕੋ ਮੈਕੈਨਿਜ਼ਮ ਵੱਧਦਾ ਉਹਨਾਂ ਕੋ ਲੋਕ ਵੱਧਦੇ ਆ ਕੰਮ ਕਰਨੇ ਸਮਾਰਟ ਵਰਕ ਹੁੰਦਾ ਆ ਰਿਕਾਰਡਸ ਬਣ ਗਏ ਬਟ ਹਰ ਚੀਜ਼ ਇੱਕ ਕੰਪਿਊਟਰ ਤੇ ਪੀਸੀ ਤੇ ਆ ਗਈ इजीली ਹੋ ਗਿਆ ਚੈੱਕ ਕਰਨਾ ਕਿ ਇਹਦੇ ਇੰਜੈਕਸ਼ਨ ਲੱਗਿਆ ਕਿ ਇਹਦੇ ਨਹੀਂ ਠੀਕ ਹੈ ਜੀ ਤਾਂ ਤੁਸੀਂ ਕੀ ਯਾਦ ਰੱਖਣਾ ਹੈ ਬੇਸਿਕਲੀ ਮਿਸ਼ਨ ਇੰਦਰ ਦਨੁਸ਼ ਕਦੋਂ ਲਾਂਚ ਹੋਇਆ ਸੀ 2014 ਦੇ ਵਿੱਚ ਲਾਂਚ ਹੋਇਆ ਸੀ ਠੀਕ ਹੈ ਨੈਕਸਟ ਨੈਕਸਟ ਦੇਖੋ ਦਾ ਅਫੀਸ਼ੀਅਲ ਡੈਥ ਟੂਲ ਆਫ ਟਾਈਫੂਨ ਰਾਈ ਲੋਕਲੀ ਉਹਨੂੰ ਕੀ ਕਹਿੰਦੇ ਆ ਆਡਿਟ ਵਿੱਚ ਹਿੱਟ ਪਾਰਟ ਆਫ ਫਿਲੀਪਾਈਨ ਫਿਲੀਪਾਈਨਸ ਦਾ ਹੈ ਠੀਕ ਹੈ ਤਾਂ ਹੁਣ ਟਾਈਫੂਨ ਨੂੰ ਹੋਰ ਇੱਕ ਸਟ੍ਰੌਮ ਹੁੰਦਾ ਕਾਈਂਡ ਆਫ ਸਟ੍ਰੌਮ ਠੀਕ ਹੈ ਜਿਹਨੂੰ ਹਰੀਕੇਨਸ ਵੀ ਕਹਿੰਦੇ ਆ ਟਾਈਫੂਨਸ ਵੀ ਕਹਿੰਦੇ ਆ ਜਾਂ ਸਾਈਕਲੋਨਸ ਵੀ ਕਹਿੰਦੇ ਆ ਟਾਈਫੂਨਸ ਕਿੱਥੇ ਕਹਿੰਦੇ ਹਨ ਇਹਨਾਂ ਨੂੰ ਚਾਈਨਾ ਸੀ ਦੇ ਵਿੱਚ ਜਾਂ ਪੈਸੀਫਿਕ ਓਸ਼ਨ ਚ ਜਦੋਂ ਆਉਂਦੇ ਆ ਹਰੀਕੇਨਸ ਕਿੱਥੇ ਕਹਿੰਦੇ ਆ ਇਹ ਯਾਦ ਕਰਨੇ ਕੁਐਸਚਨ ਆਉਂਦਾ ਜੀ ਵੈਸਟ ਇੰਡੀਅਨ ਆਈਲੈਂਡ ਇਨ ਦਾ ਕੈਰੀਬੀਅਨ ਸੀ ਐਂਡ ਅਟਲੈਂਟਿਕ ਓਸ਼ੀਅਨ ਦੇ ਵਿੱਚ ਟੁਰਨੇਡੋਸ ਕਿੱਥੋਂ ਕਹਿੰਦੇ ਹਨ ਇਹਨਾਂ ਨੂੰ ਗੁਨੀਆਂ ਲੈਂਡ ਆਫ ਵੈਸਟ ਅਫਰੀਕਨ ਸਾਊਥ ਯੂ ਐਸ ਐਚ ਵਿਲੀ ਵਿਲੀਜ਼ ਇਹਨੂੰ ਕਹਿੰਦੇ ਆ ਆਸਟ੍ਰੇਲੀਆ ਵਾਲੀ ਸਾਈਡ ਦੀ ਨਾਰਥ-ਵੈਸਟ ਆਸਟ੍ਰੇਲੀਆ ਤੇ ਟ੍ਰੋਪੀਕਲ ਸਾਈਕਲੋਨਸ ਇੰਡੀਅਨ ਓਸ਼ੀਅਨ ਚ ਜਦੋਂ ਆਉਂਦੇ ਆ ਠੀਕ ਹੈ ਜੀ ਤਾਂ ਇਹ ਤੁਹਾਨੂੰ ਏਰੀਆ ਦੱਸਦਾ ਅਗਰ ਇਸ ਏਰੀਆ ਚੋਂਦੇ ਉਹਦਾ ਇਹ ਨਾਮ ਹੁੰਦਾ ਇਸ ਏਰੀਆ ਚੋਂਦੇ ਉਹਦਾ ਇਹ ਨਾਮ ਹੁੰਦਾ ਠੀਕ ਹੈ ਜੀ ਸੋ ਬੇਸਿਕਲੀ ਕੀ ਹੁੰਦੇ ਕਾਈਂਡ ਆਫ ਸਟ੍ਰੋਮਸ ਹੁੰਦੇ ਆ ਜੋ ਸਮੁੰਦਰ ਚ ਆਉਂਦੇ ਨੇ ਯਾਦ ਕਰਨਾ ਹੈ ਤੁਸੀਂ ਇਹਨਾਂ ਨੂੰ ਨੈਕਸਟ ਹੈ ਰੀਸੈਂਟਲੀ ਦ ਯੂਨੀਅਨ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇ ਇਸ਼ੂਡ ਗਾਈਡਲਾਈਨਸ ਫਾਰ ਫਲੈਕਸ ਫਿਊਲ ਵਾਹिकल्स ਐਂ ਫਿਊਲ ਸਟਰੋਂਗ ਹਾਈਬ੍ਰਿਡ ਇਲੈਕਟ੍ਰਿਕ ਵਾਹिकल्स ਇਹਨਾਂ ਦੇ ਬਾਰੇ ਮੈਂ ਤੁਹਾਨੂੰ ਹੁਣੇ ਹੀ ਦੱਸੂਗੀ ਕਿ ਡਿਫਰੈਂਸ ਹੈ ਕੀ ਹੁੰਦੇ ਨੇ ਪਰ ਇਹ ਹੁੰਦੇ ਕੀ ਨੇ ਇੱਕ ਮੋਡੀਫਾਈਡ ਵਰਜਨ ਆਫ ਵਾਹिकल्स ਵਾਹिकल्स ਦਾ ਹੈ ਜੋ ਪੈਟਰੋਲ ਐਂਡ ਇਥਨੋਲ ਉੱਤੇ ਚੱਲਦੇ ਨੇ ਠੀਕ ਹੈ ਮਿਕਸ ਦੋਨੋਂ ਮਿਕਸ ਵੀ ਹੋ ਸਕਦੇ ਨੇ ਠੀਕ ਹੈ ਫਿਊਲਸ ਆ ਸਟੋਰਡ ਇਨ ਅ ਕਾਮਨ ਟੈਂਕ ਠੀਕ ਹੈ ਮਿਕਸ ਮਿਕਸ ਆਫ ਹੁੰਦਾ ਇਹਦਾ ਯੂਸੇਸ ਕੀ ਆ ਇਹਦੇ ਨਾਲ ਕੀ ਆ ਇੱਕ ਤਾਂ ਸਾਡੀ ਪੈਟਰੋਲ ਤੇ ਚਾਹੇ ਥੋੜਾ ਪੈਟਰੋਲ ਲੱਗੇਗਾ ਮਿਕਸ ਕਰਕੇ ਲਾਵਾਂਗੇ ਇਥਨੋਲ ਵਿਦ ਆਇਆ ਨਾ ਤਾਂ ਉਹਦੇ ਨਾਲ ਪੈਟਰੋਲ ਦੀ ਸੇਵਿੰਗ ਵੀ ਹੋਈ ਡੀਜ਼ਲ ਦੀ ਵੀ ਹੋਈ ਜਿਹੜਾ ਅਸੀਂ ਆਇਲ ਬਾਹਰੋਂ ਇੰਪੋਰਟ ਕਰਾਉਨੇ ਆ ਉਹਨੂੰ ਨਹੀਂ ਕਰਾਉਣਾ ਪਊਗਾ ਠੀਕ ਹੈ ਸੈਕੰਡਲੀ ਸਾਡਾ এনवायरमेंट ਕਲੀਨ ਹੋਊਗਾ ਠੀਕ ਹੈ ਨੈਕਸਟ ਥਰਡ ਕੀ ਹੈ ਇਟ ਇਨਕਰੀਸ ਦਾ ਡਿਮਾਂਡ ਆਫ ਇਥਨੋਲ ਐਂਡ ਹੈਲਪ ਇਨ ਐਡਰੈਸਿੰਗ ਦਾ ਪ੍ਰੋਬਲਮ ਆਫ ਸਰਪਲਸ ਫੂਡ ਗ੍ਰੇਨਸ ਥੀਸ ਕੈਨ ਬੀ ਯੂਜ਼ਡ ਇਨ ਮੇਕਿੰਗ ਇਥਨੋਲ ਠੀਕ ਹੈ ਤਾਂ ਇਨਾ ਚੀਜ਼ਾਂ ਤੋਂ ਇਥਨੋਲ ਬਣਦਾ ਹੈ ਐਕਚੁਅਲ ਦੇ ਵਿੱਚ ਇਹ ਦਿਵਾਰੇ ਜ਼ਰੂਰ ਪੜਿਓ ਇਹ ਤੁਹਾਡਾ ਹੋਮਵਰਕ ਹੈ ਥੋੜੀ ਜੀ 셀 ਸਟਡੀ ਜ਼ਰੂਰ ਕਰਿਆ ਕਰੋ ਇਥਨੋਇਲ ਕਿਵੇਂ ਬਣਦੇ ਨੇ ਠੀਕ ਹੈ ਦੇਖੋ ਫਲੈਕਸ ਫਿਊਲ ਵਾਹिकल्स ਹੁੰਦੇ ਕੀ ਨੇ ਸੋ ਦੇ ਹੈਵ ਅ ਇੰਜਨ ਦੈਟ ਕੈਨ ਰਨ ਔਨ ਫਲੈਕਸੀਬਲ ਫਿਊਲ ਫਲੈਕਸੀਬਲ ਫਿਊਲ ਜਿਵੇਂ ਕਿ ਕੰਬੀਨੇਸ਼ਨ ਹੁੰਦਾ ਪੈਟਰੋਲ ਔਰ ਇਥਨੋਇਲ ਦਾ ਠੀਕ ਹੈ ਵਿਚ ਕੈਨ ਇਨਕਲੂਡ ਅਪ ਟੂ 100% ਇਥਨੋਇਲ ਵੀ ਹੋ ਸਕਦਾ ਠੀਕ ਹੈ ਨੈਕਸਟ ਹੁੰਦੇ ਆ ਸਟਰੋਂਗ ਹਾਈਬ੍ਰਿਡ ਇਲੈਕਟ੍ਰਿਕ ਵਾਹिकल्स ਠੀਕ ਹੈ ਇਹ ਕੀ ਹੁੰਦੇ ਇਹ ਇਲੈਕਟ੍ਰਿਕ ਟੈਕਨੋਲੋਜੀ ਹੈ hybrid strong hybrid is another term for full hybrid vehicles which can have the capability to run solely on ya kalle electric chaloge ya petrol mode te chal poge theek hai so in the kenda mild hybrid cannot run purely on one of these modes and use the secondary mode merely as a supplement ਟੂ ਦਾ ਮੇਨ ਮੋਡ ਆਫ ਪ੍ਰੋਪਲਸ਼ਨ ਠੀਕ ਹੈ ਹੁਣ ਇਹ ਕੀ ਹੁੰਦਾ ਜਿਹੜੇ ਮਾਈਲ ਹਾਈਬ੍ਰਿਡ ਆ ਉਹ ਕੱਲਾ ਇੱਕ ਮੋਡ ਤੇ ਨਹੀਂ ਚੱਲ ਸਕਦਾ ਉਹਨੂੰ ਸੈਕੰਡਰੀ ਮੋਡ ਚਾਹੀਦਾ ਹੀ ਆ ਠੀਕ ਹੈ ਇੱਕ ਵਾਹਨ ਨੂੰ ਚਲਾਉਣ ਲਈ ਬਟ ਜਿਹੜੇ ਸਟਰੋਂਗ ਹਾਈਬ੍ਰਿਡ ਹੁੰਦੇ ਆ ਉਹ ਸਿੰਗਲ ਤੇ ਚੱਲ ਪੂਗੇ ਜਾਂ ਇਲੈਕਟ੍ਰਿਕ ਜਾਂ ਪੈਟਰੋਲ ਦੇ ਵੀ ਚੱਲ ਪੂਗੇ ਠੀਕ ਹੈ ਜੀ ਇਹ ਬੇਸਿਕਲੀ ਇੰਨੀ ਹੀ ਚੀਜ਼ ਹੈ ਇਟ ਇਜ਼ ਅਬਾਊਟ ਕਿ ਉਹ ਕਹਿੰਦੇ ਉਹਨਾਂ ਨੇ ਕਿਹਾ ਸੀਗਾ ਫਾਰਮਰਸ ਦੀ ਜਿਹੜੀ ਇਨਕਮ ਹੈ ਉਹ ਡਬਲ ਹੋ ਜੂਗੀ ਕਿਉਂਕਿ ਇਥਨੋਲ ਦੇ ਲਈ ਉਹਨਾਂ ਤੋਂ ਰॉ ਮਟੀਰੀਅਲ ਲਿਆ ਜਾਏਗਾ ਠੀਕ ਹੈ ਨੈਕਸਟ ਉਹ ਕਹਿੰਦੇ ਆਤਮ ਨਿਰਭਰ ਭਾਰਤ ਅਸੀਂ ਆਪੇ ਹੀ ਫਿਊਲ ਬਣਾਉਣ ਲੱਪਾਂਗੇ ਆਪਾਂ ਨੂੰ ਬਾਹਰੋਂ ਆਇਲ ਇੰਪੋਰਟ ਨਹੀਂ ਕਰਨਾ ਪਊਗਾ ਠੀਕ ਹੈ ਜੀ ਨੈਕਸਟ ਗ੍ਰਾਮ ਉਜਾਲਾ ਪ੍ਰੋਗਰਾਮ ਠੀਕ ਹੈ ਇਹਦੇ ਤਹਿਤ ਕੀ ਹੈ ਇਹ ਕੀ ਹੈ ਸਕੀਮ ਕਿ 50 ਲੱਖਸ ਕਹਿੰਦੇ ਹੁਣ ਤੱਕ ਕੀ ਹੈ LED ਬੱਲਬ ਬੰਦ ਚੁੱਕੇ ਨੇ ਅੰਡਰ ਪ੍ਰੋਜੈਕਟ ਕਰੋਡ ਆਫ देयर ਗ੍ਰਾਮ ਉਜਾਲਾ ਪ੍ਰੋਗਰਾਮ ਠੀਕ ਹੈ ਵਰਲਡ ਵਿੱਚ ਕਹਿੰਦੇ ਚੀਪੈਸਟ ਕਿਹੜੇ ਪ੍ਰੋਗਰਾਮ ਦੇ ਅੰਦਰ ਵਰਲਡ ਚੀਪੈਸਟ ਐਲੀਡੀ ਬਲਬ ਬੰਡੇ ਗਏ ਨੇ ਗ੍ਰਾਮ ਉਜਾਲਾ ਸਕੀਮ ਯਾਦ ਰੱਖਿਓ ਠੀਕ ਹੈ 10 ਰੁਪਏ ਦੇ ਵਿੱਚ ਸਿਰਫ 10 ਰੁਪਏ ਦੇ ਵਿੱਚ ਕਿਹੜੀਆਂ ਸਟੇਟਸ ਦੇ ਵਿੱਚ ਇੰਪਲੀਮੈਂਟ ਕੀਤਾ ਹੈ ਬਿਹਾਰ ਉੱਤਰ ਪ੍ਰਦੇਸ਼ ਆਂਧਰਾ ਪ੍ਰਦੇਸ਼ ਕਰਨਾਟਕਾ ਐਂਡ ਤੇਲੰਗਨਾ ਸੋ ਇਸ ਸਕੀਮ ਨੂੰ ਫਨ this this scheme is financed on the basis of carbon credit ਹੁਣੇ ਕਾਰਬਨ ਕ੍ਰੈਡਿਟ ਕੀ ਹੁੰਦਾ ਜਦੋਂ ਤੁਸੀਂ ਜਿਹੜੇ ਕਾਰਬਨ ਜਦੋਂ ਫਿਊਲ ਨੂੰ ਆਪਾਂ ਚਲਾਉਂਦੇ ਆ ਤਾਂ ਕਾਰਬਨ ਆਉਂਦੇ ਨੇ ਠੀਕ ਹੈ ਜੇ ਅਸੀਂ ਫਿਊਲ ਦੀ ਕਟਆਫ ਕਰ ਦਿਆ ਇਸ ਤਰੀਕੇ ਨਾਲ ਕਿ ਕਾਰਬਨ ਡਾਈਆਕਸਾਈਡ ਘਟ ਹੋਏ ਪੈਦਾ ਠੀਕ ਹੈ ਉਹਦੇ ਨਾਲ ਸਾਡੇ ਕੀ ਬਣਦੇ ਆ ਕਾਰਬਨ ਕਾਰਬਨ ਕ੍ਰੈਡਿਟਸ ਬਣਦੇ ਆ ਠੀਕ ਹੈ ਤੇ ਇਟ ਇਟ ਵਿਲ ਕਲੇਮ ਕਾਰਬਨ ਕ੍ਰੈਡਿਟਸ ਅੰਡਰ ਯੂਨਾਈਟਿਡ ਨੇਸ਼ਨ ਕਲੀਨ ਡਿਵੈਲਪਮੈਂਟ ਮੈਕੈਨਿਜ਼ਮ ਠੀਕ ਹੈ ਤੇ ਕਿਹਦੇ ਦੁਆਰਾ ਇਹ ਕਾਰਬਨ ਕ੍ਰੈਡਿਟਸ ਜਿਹੜੇ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਦਿੱਤੇ ਜਾਂਦੇ ਨੇ ਯੂਨਾਈਟਿਡ ਨੇਸ਼ਨ ਦੇ ਤਹਿਤ ਇਸੇ ਲਈ ਉਹਨਾਂ ਨੇ 60 ਰੁਪਏ ਕੌਣ ਦੇਵੇਗਾ ਯੂਨਾਈਟਿਡ ਨੇਸ਼ਨ ਕਾਰਬਨ ਕ੍ਰੈਡਿਟਸ ਦੀ ਕੰਟਰੀਬਿਊਸ਼ਨ ਹੋਏਗੀ ਕਿਉਂ ਕਿ ਬਿਜਲੀ ਤੁਹਾਡੇ ਦੇਸ਼ ਚ ਕੋਲੇ ਤੋਂ ਬਣਦੀ ਆ ਕੋਲਾ ਬਰਨ ਹੋਣ ਨਾਲ ਕੀ ਹੋਏਗਾ ਪੋਲੂਸ਼ਨ ਪੈਦਾ ਹੋਏ ਜਾਏਗਾ ਔਰ ਅਗਰ ਜਿਹੜੇ ਦੂਸਰੇ ਬੱਲਬ ਲੱਗਦੇ ਆ ਉਹ ਜ਼ਿਆਦਾ ਬਿਜਲੀ ਨੂੰ ਯੂਜ਼ ਕਰਦੇ ਆ ਤੇ LED ਬਿੱਲ ਬੱਲਬ ਕੰਪੈਰੀਟਿਵਲੀ ਕਟ ਬਿਜਲੀ ਨੂੰ ਜਲਾਉਂਦੇ ਨੇ ਇਸ ਕਰਕੇ ਉਹਨਾਂ ਨੇ ਕੀ ਕਿਹਾ ਐਲਈਡੀ ਨੂੰ ਪ੍ਰੋਮੋਸ਼ਨ ਕਰੋ ਜਿਹਦੇ ਨਾਲ ਕੀ ਆ ਤੁਹਾਡੇ ਕਾਰਬਨ ਕ੍ਰੈਡਿਟਸ ਬਣੂਗੇ ਕਿ ਉਨੀ ਹੀ ਇਲੈਕਟ੍ਰਿਸਿਟੀ ਤੁਹਾਨੂੰ ਘੱਟ ਪ੍ਰੋਡਿਊਸ ਕਰਨੀ ਪਵੇਗੀ ਠੀਕ ਹੈ ਤੇ ਉਹ ਕਾਰਬਨ ਕ੍ਰੈਡਿਟਸ ਤੁਸੀਂ ਯੂਜ਼ ਕਰ ਸਕਦੇ ਹੋ ਤੇ ਉਸ ਕਾਰਬਨ ਕ੍ਰੈਡਿਟਸ ਦੇ ਅੰਡਰ 60 ਰੁਪਏ ਕੌਣ ਦੇਗਾ ਯੂਨ ਦੇਗਾ ਤੇ 10 ਰੁਪਏ ਕਿਹਾ ਹੈ ਰੂਰਲ ਕੰਜ਼ਿਊਮਰ ਨੂੰ ਦੇਣੇ ਪਊਗੇ ਠੀਕ ਹੈ ਇਹ ਕਿਹਦੇ ਦੁਆਰਾ ਬੰਡੇ ਗਏ ਨੇ ਇਹ ਕਨਵਰਜੈਂਸ એનર્ਜੀ ਸਰਵਿਸਿਜ਼ ਲਿਮਟਿਡ ਜੋ ਕਿ ਸਟੇਟਸ ਸਟੇਟ ਦੁਆਰਾ ਰਨ ਕੀਤੀਆਂ ਜਾਂਦੀਆਂ ਨੇ ਉਹਨਾਂ ਦੁਆਰਾ ਬੰਡੇ ਗਏ ਨੇ ਟੋਟਲ ਕਿੰਨੇ ਬੰਨੇ ਨੇ 600 ਮਿਲੀਅਨ LED ਬਲਬ ਬਲਬ ਬੰਡੇ ਜਾਣਗੇ ਠੀਕ ਹੈ ਜੀ ਜਿਹੜੇ LED ਬਲਬ ਹੁੰਦੇ ਨੇ ਇਹ ਮੱਚ ਮੋਰ એનર્ਜੀ ਐਫੀਸ਼ੀਐਂਟ ਦੈਨ ਸੀਐਫਐਲ ਸੀਐਫਐਲ ਨਾ ਉਹ ਜਿਹੜੀਆਂ ਪੱਦਲੀਆਂ ਬਦਲੀਆਂ ਟਿਊਬਸ ਤੁਹਾਡੇ ਲੱਗਦੀਆਂ ਉਸ ਤੋਂ ਅੱਜ ਦੀ ਵੀਡੀਓ ਵਿੱਚ ਇੰਨੀਆਂ ਹੀ ਨਿਊਜ਼ ਨੇ ਕੱਲ ਅਸੀਂ ਨਿਊ ਵੀਡੀਓ ਵਿੱਚ ਜਨੂਅਰੀ 5 ਔਨਵਰਡਸ ਨਿਊਜ਼ ਨੂੰ ਕਵਰ ਕਰਾਂਗੇ ਤੇ ਅਗਰ ਤੁਹਾਨੂੰ ਆਨਲਾਈਨ ਆਫਲਾਈਨ ਕੋਰਸਸ रिक्वायर्ड ਨੇ ППएससी ਦੇ ਰਿਗਾਰਡਿੰਗ ਜਾਂ ਕੋਈ ਹੋਰ ਐਗਜ਼ਾਮ ਦੇ ਲਈ ਤੁਸੀਂ ਸਾਨੂੰ ਇਹਨਾਂ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਸਪੈਸ਼ਲ ਟੈਸਟ ਸੀਰੀਜ਼ ਵੀ ਅਕੈਡਮੀ ਦੁਆਰਾ ਲਾਂਚ ਕੀਤੀ ਗਈ ਹੈ ਨੈਪ ਤਸੀਲਦਾਰ ਐਂਡ ਕੋਆਪਰੇਟਿਵ ਇਨਸਪੈਕਟਰ ਦੀ ਤੁਸੀਂ ਇਹਨਾਂ ਨੰਬਰਸ ਤੇ ਕੰਟੈਕਟ ਕਰਕੇ ਉਹਨੂੰ ਪਰਚੇਸ ਕਰ ਸਕਦੇ ਹੋ ਵੈਸੇ ਉਹ ਸਾਡੀ ਅਕੈਡਮੀ ਦੀ ਐਪ ਉੱਤੇ ਅਵੇਲੇਬਲ ਹੈ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਪ੍ਰਿੰਟਡ ਸਟੱਡੀ ਅਗਰ ਤੁਸੀਂ ਕੋਈ ਕੋਰਸ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਆਨਲਾਈਨ ਆਫਲਾਈਨ ਦੋਨੋਂ ਅਵੇਲੇਬਲ ਨੇ ਪ੍ਰਿੰਟਡ ਸਟੱਡੀ ਮਟੀਰੀਅਲ ਪੀਡੀਐਫ ਸਟੱਡੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਵੀਡੀਓ ਲੈਕਚਰਸ ਬੋਥ ਰਿਕਾਰਡਡ ਐਂਡ ਲਾਈਵ ਸੈਸ਼ਨਸ ਹੁੰਦੇ ਨੇ ਤੇ ਸਪੈਸ਼ਲ ਡਾਊਟ ਸੈਸ਼ਨ ਵੀ ਹੁੰਦੇ ਨੇ ਅਪਡੇਟਡ ਨੋਟਸ ਵੀ ਪ੍ਰੋਵਾਈਡ ਕਰਵਾਏ ਜਾਣਗੇ ਥੈਂਕਸ ਫॉर ਵਾਚਿੰਗ ਦਿਸ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਤਾਂ ਪਲੀਜ਼ ਇਹਨੂੰ ਸ਼ੇਅਰ ਕਰੋ ਲਾਈਕ ਕਰਨਾ ਨਾ ਭੁੱਲੋ ਤੇ ਆਪਣੇ ਵੈਲਿਊਏਬਲ ਕਮੈਂਟ ਜ਼ਰੂਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕਸ